Yeah. Very good morning, G. I hope all of you are doing well. And the uh, audio and video is also well. Ji. So, this is part 12 of the current affairs series that we are doing. And uh, Aj. ਕੁਝ ਇੰਪੋਰਟੈਂਟ ਸਾਇੰਸ ਦੇ ਵੀ ਕਨਸੈਪਟ ਸਮਝਾਂਗੇ ਆਪਾਂ ਇਸ ਤੋਂ ਪਹਿਲੇ ਵੀ ਆਪਾਂ ਸਮਝੇ ਸੀ ਕੁਝ ਸਾਇੰਟਿਫਿਕ ਜਿਹੜੇ ਟੌਪਿਕਸ ਨੇ ਬਲੌਕਚੇਨ ਵਗੈਰਾ ਆਪਾਂ ਕੀਤਾ ਸੀ ਅੱਜ ਵੀ ਥੋੜੀ ਜੀ ਅਸੀਂ ਗੱਲ ਕਰਾਂਗੇ ਜੈਨੇਟਿਕ ਮੋਡੀਫਿਕੇਸ਼ਨ ਦੇ ਬਾਰੇ ਵੀ ਬਿਕਾਜ਼ ਕਰੰਟ ਅਫੇਅਰਸ ਦੇ ਵਿੱਚ ਜਿਹੜੇ ਸਾਇੰਸ ਐਂਡ ਟੈਕਨਾਲ ਜੁੜੇ ਹੋਏ ਟੌਪਿਕਸ ਨੇ ਉਹ ਕਈ ਵਾਰ ਕੁਝ ਨੌਨ ਸਾਇੰਸ ਸਟੂਡੈਂਟਸ ਨੂੰ ਪ੍ਰੋਬਲਮ ਦਿੰਦੇ ਨੇ ਸੋ ਉਹ ਵੀ ਆਪਾਂ ਗੱਲ ਕਰਦੇ ਰਾਵਾਂਗੇ ਨਾਲ-ਨਾਲ ਹੋਰ ਵੀ ਕੁਝ ਕਨਸੈਪਟਸ ਡਿਸਕਸ ਕਰਾਂਗੇ ਸੋ so, ਲਾਸਟ 10 ਮੰਥਸ ਦੀ ਕਰੰਟ ਅਫੇਅਰ ਸੀਰੀਜ਼ ਕਰ ਰਹੇ ਆ ਫॉर द ਸਟੂਡੈਂਟਸ ਜਿਹੜੇ ਪਹਿਲੀ ਵਾਰ ਇਸ ਵੀਡੀਓ ਦੇ ਵਿੱਚ ਪਹੁੰਚਣਗੇ ਮੰਡੇ ਵੈਨਸਡੇ ਫਰਡੇ ਸਵੇਰੇ 8:00 ਵਜੇ ਆਪਾਂ ਕਰਦੇ ਆ ਐਂਡ ਈਜ਼ੀ ਡਿਫਿਕਲਟ ਮੋਡਰੇਟ ਸਾਰੇ ਕੁਐਸਚਨਸ ਆਪਾਂ ਇਹਦੇ ਵਿੱਚ ਕਵਰ ਕਰਦੇ ਆ ਸੋ ਸਿਰਫ ਵਨ ਲਾਈਨਰਸ ਨਹੀਂ ਹੈ ਵਨ ਲਾਈਨਰਸ ਪਲਸ ਦ ਅਦਰ ਕੁਐਸਚਨਸ ਜਿਹਦਾਂ ਦੇ ਕੁਐਸਚਨ ਤੁਹਾਨੂੰ ਪੀਪੀਐਸਸੀ ਦੇ ਪੇਪਰਸ ਦੇ ਵਿੱਚ ਸਪੈਸੀਫਿਕਲੀ ਦੱਸਦੇ ਨੇ ਠੀਕ ਹੈ ਜੀ ਸੋ ਸਟਾਰਟ ਕਰਦੇ ਆ ਆਪਾਂ ਵਨ ਲਾਈਨਰਸ ਵੈਰੀ ਈਜ਼ੀ ਵਨਸ ओके सो एंड दिस इज द IAS एंड PCS द बैचेस मॉर्निंग इवनिंग ऑनलाइन बैचेस चल रहे हैं एंड पंजाब दी बहुत सारी जॉब्स आ रही हैं वो दे वास्ते भी कुछ बैचेस ਤੁਹਾਨੂੰ वेबसाइट ਦੇ ਉਤੇ ਦਿਖਨੇ ਸਟਾਰਟ ਹੋ ਜਾਣਗੇ एंड पंजाब कोर बैच जेड़ा पार्ट ਹਰ ਇੱਕ ਪੰਜਾਬ ਦੇ एग्जाम ਦੇ ਵਿੱਚ ਆਂਦਾ ਹੀ ਆਂਦਾ ਉਹਦੇ वास्ते स्पेसिफिकली बैच ਹੋਏਗਾ ਜਿਹਦੇ ਵਿੱਚ ਪੰਜਾਬ ਦੀ ਜੀਕੇ ਇੰਡੀਆ ਦੀ ਜੀਕੇ ਮੈਥਸ ਰੀਜ਼ਨਿੰਗ ਅ ਇੰਗਲਿਸ਼ ਪੰਜਾਬੀ ਇਹ ਸਾਰੀਆਂ ਚੀਜ਼ਾਂ ਹੋਣ ਗਿਆ ਪਲੱਸ ਜਿਵੇਂ ਐਕਜ਼ਾਈਜ਼ੈਂਟ ਟੈਕਸੇਸ਼ਨ ਇੰਸਪੈਕਟਰ ਦੇ ਵਿੱਚ ਕੁਝ ਐਡੀਸ਼ਨਲ ਕੰਪੋਨੈਂਟ ਆਂਦਾ ਹੈ ਐਂਡ ਆਂਦਾ ਹੀ 40 ਨੰਬਰ ਦਾ ਹੋਇਆ ਉਹਦੇ ਵਾਸਤੇ ਅਲੱਗ ਤੋਂ ਐਜ਼ ਰਿਕਵੈਸਟਡ ਬਾਈ ਸਮ ਆਫ ਯੂ ਉਹ ਲੱਗ ਤੋਂ ਹੋ ਜਾਏਗਾ ਰਾਈਟ ਦ ਲਿੰਕ ਆਫ ਦ ਵੈਬਸਾਈਟ ਇਜ਼ 기ਵਨ ਇਨ ਦ ਡਿਸਕ੍ਰਿਪਸ਼ਨ ਐਦਾਂ ਦੀ ਤੁਹਾਨੂੰ ਵੈਬਸਾਈਟ ਦਿਖੇਗੀ ਦ ਪਲੇਸ ਵੇਅਰ ਯੂ ਕੈਨ ਬਾਈ ਦ ਕੋਰਸਸ ਸਤਿ ਸ੍ਰੀ ਅਕਾਲ ਹਰਪ੍ਰੀਤ ਜੀ ਠੀਕ ਹੈ ਜੀ ਚਲੋ ਐਂਡ ਆਈ ਵਾਂਟ ਦ ਸੈਸ਼ਨ ਟੂ ਬੀ ਵੈਰੀ ਇੰਟਰਐਕਟਿਵ ਤੁਹਾਨੂੰ ਆਂਦਾ ਹੈ ਜਾਂ ਨਹੀਂ ਆਂਦਾ ਆ ਟ੍ਰਾਈ ਟੂ ਇੰਟਰਐਕਟ ਆਨਸਰਸ ਦੇ ਇਨ ਦੀ ਕੋਸ਼ਿਸ਼ ਕਰੋ ਤੁਹਾਨੂੰ ਕੀ ਲੱਗਦਾ ਹੈ ਮੰਨ ਲਓ ਨੈਗੇਟਿਵ ਮਾਰਕਿੰਗ ਨਹੀਂ ਹੈ ਫਿਰ ਵੀ ਤੁਸੀਂ ਆਨਸਰਸ ਦੇ ਕੇ ਆਓਗੇ ਸੋ ਆਨਸਰ ਜ਼ਰੂਰ ਦੇਣਾ ਤੁਸੀਂ ਠੀਕ ਹੈ ਜੀ ਚਲੋ ਸਬਸਕ੍ਰਾਈਬ ਕਰ ਲਿਓ ਐਂਡ ਟੈਲੀਗ੍ਰਾਮ ਦੇ ਉਤੋਂ ਪੀਡੀਐਫ ਲੈ ਲਿਓ ਲਾਂਚ ਪੈਡ ਐਜੂਕੇਸ਼ਨ ਪੰਜਾਬ ਇਜ਼ ਦ ਨੇਮ वेरी ईजी वन पिछली जिन्हें वीडियो देखी होएगी पिछला पार्ट देखा होएगा करंट अफेयर का भी आँगा होगा विद सिटी हैज़ बिकम इंडियाज़ फोर्ट यूनैसको वर्ल्ड हैरीटेज साइट सो इंडिया नंबर ऑफ सइट्स किनिया हो गई ने दे आर फोटी ठीक है जी सो so, यद आंसर आई गया इट इज़ ए uh, धूलावीरा ठीक है एंड धूलावीरा इज़ इन विद स्टेट ਕਿਹੜੀ ਸਟੇਟ ਦੇ ਵਿੱਚ ਹੈ ਐਂਡ ਇਫ ਯੂ ਕੈਨ ਟੈਲ ਮੀ ਉਸ ਸਟੇਟ ਦੇ ਕਿਹੜੇ ਰੀਜਨ ਦੇ ਵਿੱਚ ਸਟੇਟ ਦੇ ਵਿੱਚ ਇੱਕ ਸਪੈਸੀਫਿਕ ਰੀਜਨ ਹੈ ਜਿੱਥੇ ਪਾਣੀ ਦੀ ਬਹੁਤ ਕਮੀ ਹੈ ਐਟ ਅ ਸોર્ટ ਆਫ ਡੇਜ਼ਰਟ ਓਨਲੀ ਜਿੱਥੇ ਬਾਰਿਸ਼ ਘਟ ਪ੍ਰੈਸੀਪੀਟੇਸ਼ਨ ਘਟ ਤੇ ਇਵੈਪੋਰੇਸ਼ਨ ਜ਼ਿਆਦਾ ਹੁੰਦੀ ਹੈ ਜਿਹਦੇ ਕਰਕੇ ਉੱਥੇ ਸਾਲਟ ਪੈਂਸ ਬਣੇ ਹੋਏ ਨੇ ਐਂਡ ਸੌਲਟ ਦੀ ਬਹੁਤ ਜ਼ਿਆਦਾ ਖੇਤੀ ਉਸ ਇਲਾਕੇ ਤੋਂ ਹੁੰਦੀ ਹੈ ਇੰਡੀਆ ਦੇ ਵਿੱਚ ਜਿਹੜਾ ਨਮਕ ਹੈ ਉੱਥੋਂ ਆਉਂਦਾ ਬਹੁਤ ਜ਼ਿਆਦਾ गुजरात रन ऑफ कच्छ बिल्कुल सही ये बात बिल्कुल सही है लास्ट मैं भी पिछली वीडियो के बीच में मैं कह रहा सी उठो ग्रेट बाथ नहीं मिली है वाटर बाथ नहीं मिली है उठो रिजर्वोयर्स मिले ने दोवा दे बीच फर्क है हिस्टोरियंस ने एक चीज नु अगर ग्रेट बाथ कह के, के कैटेगराइज कीते तो वो ग्रेट बाथ है इथे जड़े ने वो वाटर एज अ वाइज ने मतलब कि पानी नु स्टोर करने दे हार्वेस्ट करने दे इंफ्रास्ट्रक्चर ने राइट वाटर हार्वेस्टिंग स्ट्रक्चर्स कैन एपा ਜਿਹਨਾਂ ਨੂੰ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਬੌਲੀਆਂ ਹੁੰਦੀਆਂ ਨੇ ਸਟੈਪ ਵੈਲਜ਼ ਹੁੰਦੇ ਨੇ ਆਪਣੇ ਇਲਾਕੇ ਦੇ ਵਿੱਚ ওয়াটার ਹਾਰਵੈਸਟਿੰਗ ਸਟਰਕਚਰਸ ਠੀਕ ਹੈ ਸੋ ਧੋਲਾਵੀਰਾ ਦੇ ਵਿੱਚ ওয়াটার ਵਾਸ ਇੰਪੋਰਟੈਂਟ ਠੀਕ ਹੈ ਚਲੋ ਜੀ ਧੋਲਾਵੀਰਾ ਹੱਪਨੇਰਾ ਸਿਟੀ ਵਾਸ ਐਡਿਡ ਟੂ ਦ ਲਿਸਟ ਆਫ ਵਰਲਡ ਹੈਰੀਟੇਜ ਸਾਈਟਸ ਬਾਏ ਯੂਨੈਸਕੋ 40th ਸਾਈਟ ਯਾਦ ਰੱਖਣਾ ਹੈ ਨੰਬਰ ਵੀ ਯਾਦ ਰੱਖਣਾ ਹੂ ਹੈਜ਼ ਬੀਨ ਸੋਨ ਐਸ ਕਰਨਾਟਕਾਜ਼ ਨਿਊ ਚੀਫ ਮਿਨਿਸਟਰ ਬੜੇ ਫੇਮਸ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਇਜ਼ ਇਟ ਅਰੁਣ ਸੈਨ ਥਾਵਰਚੰਦ ਗਹਿਲੋਤ ਸੀਟੀ ਰਵੀ ਬਾਸਵਰਾਜ ਬੌਮਬਈ ਐਂਡ ਇਹਨਾਂ ਦੇ ਉੱਤੇ ਇੱਕ ਬਹੁਤ ਇੰਪੋਰਟੈਂਟ ਸੁਪਰੀਮ ਕੋਰਟ ਦੀ ਜੱਜਮੈਂਟ ਵੀ ਹੈ ਠੀਕ ਹੈ ਜੀ ਬਹੁਤ ਇੰਪੋਰਟੈਂਟ ਸੁਪਰੀਮ ਕੋਰਟ ਦੀ ਜੱਜਮੈਂਟ ਵੀ ਹੈ ਲਾਂਚ ਪੈਡ ਆਈਐਸ ਤੇ ਜਾਓਗੇ ਤੁਸੀਂ ਦੂਸਰੇ ਚੈਨਲ ਦੇ ਉੱਤੇ ਬੜੇ ਸਾਰੇ ਇੰਪੋਰਟੈਂਟ ਕੇਸਿਸ ਜਿਹੜੇ ਤੁਹਾਡੇ ਐਗਜ਼ਾਮਸ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਉਹ ਤੁਸੀਂ ਕਰ ਸਕਦੇ ਹੋ ਉਹਦੇ ਵਿੱਚ ਇਹ ਵਾਲਾ ਕੇਸ ਵੀ ਹੈ ਐਸ ਆਰ ਬੰਮਈ ਕੇਸ بار بار ਕਰੰਟ ਦੇ ਵਿੱਚ ਰਹਿੰਦਾ ਹੈ ਸੋ ਜੇ ਕਰੰਟ ਦੇ ਵਿੱਚ ਰਹਿੰਦਾ ਤਾਂ ਕੁਐਸਚਨ ਵੀ ਆ ਸਕਦਾ ਸੋ ਇਹਨੂੰ ਇੱਕ ਵਾਰ ਜਾ ਕੇ ਜ਼ਰੂਰ ਦੇਖ ਲਿਓ ਠੀਕ ਹੈ ਉਥੇ ਪਲੇਲਿਸਟ ਬਣੀ ਹੋਏਗੀ ਠੀਕ ਹੈ ਸੋ ਰਾਈਟ ਆਨਸਰ ਯੂ ਆ ਰਾਈਟ ਮੋਸਟ ਆਫ ਯੂ ਬਸਵਰਾਜ ਬੰਮਈ ਸਹੀ ਆਨਸਰ ਹੈ ਜੀ ਐਸ ਆਰ ਬੰਮਈ ਇਹਨਾਂ ਦੇ ਫਾਦਰ ਡੀ ਨੈਕਸਟ sports legend nandu natekar passed away on july 28, those are at the age of 88 years he was the first indian to win an international title in which sporting disciple, discipline discipline is wrong discipline haji ਸੋ ਅਗੇਨ ਆਮ ਟੈਲਿੰਗ ਯੂ ਹਰ ਐਕ ਵੀਡੀਓ ਵਿੱਚ ਕਹਿੰਨਾ ਸਪੋਰਟਸ ਦੇ ਕੁਐਸਚਨਸ ਆਉਂਦੇ ਨੇ ਸੋ ਤੁਹਾਨੂੰ ਕਰਨੇ ਹੀ ਪੈਣਗੇ ਡੀ ਬੈਡਮਿੰਟਨ ਇਜ਼ ਅ ਰਾਈਟ ਆਨਸਰ ਬਿਲਕੁਲ ਸਹੀ ਨੈਕਸਟ ਕਰਦੇ ਆਪਾਂ ਹੱਬਲ ਸਪੇਸ ਟੈਲੀਸਕੋਪ ਹੈਜ਼ ਡਿਸਕਵਰਡ ਦ ਫਰਸਟ ਐਵਿਡੈਂਸ ਆਫ ਵਾਟਰ ਵੇਪਰ ਔਨ ਵਿਚ ਪਲਾਨਟਸ ਮੂਨ ਨਾਈਸ ਕੁਐਸਚਨ ਵੈਰੀ ਨਾਈਸ ਕੁਐਸਚਨ ਸੁਣਾਲੀ ਆਪਾਂ ਇਹ ਵੀ ਡਿਸਕਸ ਕਰ ਲੈਣੇ ਆ ਵੀ ਹੱਬਲ ਸਪੇਸ ਟੈਲੀਸਕੋਪ ਟੈਲੀਸਕੋਪ ਤਾਂ ਪਤਾ ਹੀ ਹੈ ਨਾ ਜਿਹੜੀ ਟੈਲੀਸਕੋਪ ਆਪਾਂ ਧਰਤੀ ਤੇ ਯੂਜ਼ ਕਰਦੇ ਆਂ ਦੇਖਣ ਵਾਸਤੇ ਸెలెస్ਟੀਅਲ ਬਾਡੀਜ਼ ਨੂੰ ਥਿੰਗਸ ਥੈਟ ਆ ਫਾਰ ਅਵੇ ਉਹਨੂੰ ਜਦੋਂ ਅਸੀਂ ਸੋਫਿਸਟੀਕੇਟਿਡ ਆਬਵੀਅਸਲੀ ਇੱਕ ਹੋਰ ਅੱਛੀ ਟੈਲੀਸਕੋਪ ਨੂੰ ਤੁਸੀਂ ਸਪੇਸ ਦੇ ਵਿੱਚ ਭੇਜ ਦਿੰਦੇ ਆਂ ਤੇ ਉਹ ਸਪੇਸ ਟੈਲੀਸਕੋਪ ਹੋ ਜਾਂਦੀ ਹੈ ਤੇਰਾ ਡਿਫਰੈਂਟ ਸਪੇਸ ਟੈਲੀਸਕੋਪਸ ਵਨ ਇਜ਼ ਹੱਬਲ ਸਪੇਸ ਟੈਲੀਸਕੋਪ ਕਦੋਂ ਲਾਂਚ ਹੋਈ ਸੀ ਐਂਡ ਕਿਹੜੀ ਏਜੰਸੀਜ਼ ਇਨਵੋਲਡ ਸੀਗੀਆਂ lettes see if you are aware about this ਕਿ ਕਦੋਂ ਇਹ ਲਾਂਚ ਹੋਈ ਸੀ ਐਂਡ ਕਿਹੜੀ ਏਜੰਸੀਜ਼ ਇਨਵੋਲਡ ਸੀਗੀਆਂ ਇਹਦੇ ਵਿੱਚ हेलो मानप्रीति सो यू आर सेइंग द आंसर इज जुपिटर ठीक गल है सो जुपिटर इज द राइट आंसर जुपिटर ਦੇ ਇੱਕ ਮੂਨ ਦੇ ਉੱਤੇ ਪਾਣੀ ਦਾ વોટર ਵੇਪਰ ਦਾ ਐਵਿਡੈਂਸ ਮਿਲੇ ਹੈ ਹਬਲ ਸਪੇਸ ਟੈਲੀਸਕੋਪ ਇਟ ਵਾਸ ਲਾਂਚਡ ਬਾਈ ਨਾਸਾ ਐਂਡ ਐਂਡ ਕਿਹੜੀ ਹੋਰ ਏਜੰਸੀ ओलंपिक्स वी आर कवरिंग ओलंपिक्स मनप्रीत जी इफ यू आर सीइंग दीडियोज पिछले ग्यारह बारह पार्ट्स देखने हैं तो एंड सारा कुछ कवर होएगा व्हेन आई से सारा कुछ आई एम नॉट गोइंग टू लीव एनीथिंग दैट इज इंपोर्टेंट सो आप ओलंपिक्स के बहुत सारे क्वेश्चन कर चुके हैं अगे भी करा सो दिस हबल स्पेस टेलीस्कोप नाइनटीन नाइनटी लॉन्च हुई सैंड दिस वॉज लॉन्च बाय नासा विद असिस्टेंस ऑफ यूरोपियन स्पेस एजेंसी राइट याद रखने वाली चीज है साइंटिस्ट है फर्स्ट एविडेंस ऑफ वॉटर वेपर इन द एटमोसफेयर ऑफ जुपिटर आईसी मून जेनीमीड विद देल्प ऑफ हबल स्पेस टेलीस्कोप हूँ एक होर फैक्ट है जोड़ा तो याद रखना है दैट दिस जेनिमीड इज इट इज द लार्जस्ट मून एंड द लार्जस्ट मून ऑफ जुपिटर And it is the ninth largest celestial body in solar system overall. It is facts to see Jupiter Sapto Vada Moon Kede Ganymede. And it is also the ninth largest celestial body in the whole solar system. Very important facts. What is the name of India's new newest airline startup? ਬਹੁਤ ਜ਼ਿਆਦਾ ਖਬਰਾਂ ਦੇ ਵਿੱਚ ਰਿਹਾ ਐਂਡ ਆਈ ਡੋਨਟ نو ਆਈ ਗੇਟ ਅ ਫੀਲਿੰਗ ਕਿ ਇਹ ਕੁਐਸਚਨ ਕਿਤੇ ਨਾ ਕਿਤੇ ਦਿਖੇਗਾ ਤੁਹਾਨੂੰ ਪੇਪਰਾਂ ਦੇ ਵਿੱਚ ਕਿਹੜਾ ਹੈ ਆਕਾਸ਼ ਅਕਾਇਸ਼ਾ ਅਕਾਸਾ ਅਕਸਾ ਅਕਸਾ ਇੱਕ ਬੀਚਵੀ ਹੈ ਇਨ ਇੰਡੀਆ ਹਾਂਜੀ ਦੱਸੋ ਐਂਡ ਹੂ ਇਜ਼ ਦਾ ਫਾਊਂਡਰ ਪੈਸੇ ਲਾਣ ਵਾਲਾ ਕਿਹੜਾ ਬੰਦਾ ਹੈ ਉਹਨੂੰ ਇੰਡੀਆ ਦਾ ਵਾਰਨ ਬਫੇ ਵੀ ਕਿਹਾ ਜਾਂਦਾ ਹੈ ਵਾਰਨ ਬਫੇ ਯੂ نو A very famous investor, one of the richest people in the world. So, India the corner, Warren Buffet. Jada hun, he's a CA shares, they which inna paisa kamaya one. That now he's going to open his own airline. The right answer is Akasa. Right, C. so Akasa is the right answer. This is going to be one of the new low cost.

cluster has been found in which nation safire samajh dyo kudiyan nu ta pata hona hai it is a gem stone jada mundriyan wagaira de vich jewelry de vich paya janda hai thik hai so sab to duniya da sab to wadda star sapphire cluster kedi country de vich mile sri lanka de vich maldives de vich indonesia de vich mauritius de vich kithe mile ji come on Give quick answers so that we can finish more in less time. Okay, we have two answers: Sri Lanka and Indonesia. For the so, C. Si, Indonesia. Okay, C. Si, C. Si. Why are you saying C? Si? No, that's wrong. Sri Lanka is the right answer. Okay. ਸ਼੍ਰੀਲੰਕਾ ਇਸ ਰਾਈਟ ਆਨਸਰ ਐਂਡ ਇਟ ਇਸ ਅ ਜੈਮਸਟੋਨ ਜਿਹੜਾ ਜੁਐਲਰੀ ਦੇ ਵਿੱਚ ਪਾਇਆ ਜਾਂਦਾ ਬਹੁਤ ਹੀ ਮਹਿੰਗਾ ਇੱਕ ਜੈਮਸਟੋਨ ਹੈ ਸ਼੍ਰੀਲੰਕਾ ਦੇ ਵਿੱਚ ਸਭ ਤੋਂ ਵੱਡਾ ਮਿਲਿਆ ਇਟ ਲੁక్స్ ਲਾਈਕ ਦਿਸ ਲੁక్స్ ਲਾਈਕ ਦਿਸ ਐਂਡ THEN ਜਦੋਂ ਇਹਨੂੰ ਯੂ ਨੋ ਪ੍ਰੇਪੇਅਰ ਕਰ ਲਿਆ ਜਾਏਗਾ ਤੇ ਫਿਰ ਇਹ ਇਦਾਂ ਦਾ ਦੇਖੇਗਾ ਇਸ ਕਲਰ ਦਾ ਹੁੰਦਾ ਹੈ ਜੈਮਸਟੋਨ ਸੋ ਕਿੱਥੇ ਮਿਲਿਆ ਸ਼੍ਰੀਲੰਕਾ ਦੇ ਵਿੱਚ ਮਿਲਿਆ ਜੀ ਹੋ ਗਈ ਗੱਲ ਯਾਦ ਇੰਡੋਨੇਸ਼ੀਆ ਕਿਥੋਂ ਆ ਗਿਆ ਨੈਕਸਟ नजीब मिकाती हैज बिकम द न्यू प्राइम मिनिस्टर ऑफ विच नेशन लेबनान वियतनाम ट्यूनीशिया और इंडोनेशिया दिस वॉज ऑल्सो अलॉट इन न्यूज दिस कंट्री वॉज इन न्यूज सो यहोजे क्वेश्चन आने आसेिस बहुत बच जाते हैं सो की है जी सही आंसर लेबनान राइट लेबनान इज द राइट आंसर ਸੋ ਆਪਾਂ ਹਾਲੇ ਇਜ਼ੀ ਵਾਲੇ ਕਰ ਰਹੇ ਆ ਅੱਗੇ ਅਸੀਂ ਕੰਪਲੈਕਸ ਡਿਫਿਕਲਟ ਕੁਐਸਚਨ ਵੀ ਕਰਨੇ ਆ ਤਿਆਰ ਹੋ ਜਾਓ ਏ ਇਜ਼ ਰਾਈਟ ਆਨਸਰ ਅੱਗੇ ਠੀਕ ਹੈ ਨਾਊ ਵੀ ਆਰ ਗੋਇੰਗ ਟੂ ਕਵਰ ਸਮ ਕਨਸੈਪਟਸ ਬਿਕਾਜ਼ ਫਾਰ ਪੀਪੀਐਸਸੀ ਸਪੈਸ਼ਲੀ ਫਾਰ ਪੀਪੀਐਸਸੀ ਲੈਵਲ ਆਫ ਐਗਜ਼ਾਮ ਸਿਰਫ ਵਨ ਲਾਈਨਰ ਕਰਕੇ ਤੁਹਾਡਾ ਕਰੰਟ ਅਫੇਅਰ ਨਹੀਂ ਕਵਰ ਹੋਏਗਾ ਇਹ ਗੱਲ ਨੂੰ ਗੱਠ ਮਾਰ ਲਓ ਪਿਛਲੇ ਪੇਪਰ ਚਾਕੇ ਆਪਣੇ ਆਪ ਦੇਖ ਲਓ ਨਾਊ ਵਿਚ ਕੰਟਰੀ ਹੈਜ਼ ਬਿਕਮ ਦ ਵਰਲਡਸ ਫਰਸਟ टूव जेनेटिकली मोडिफाइड गोल्डन राइस फॉर प्रोडक्शन इज इट सिंगापुर इज इट जपान इज इट फिलिपीन इज इट स्वीडन एंड लैट सी अंडरस्टैंडिंग जेनेटिक मोडिफिकेन की चीज होंगी है जी टेक योर टाइम आई गिव यू वन मिनट कर लो टाइप करना स्टार्ट एंड लेट मी नो कि जेनेटिक मोडिफिकेशन की, की चीज है ਆ ਕਨਸੈਪਟ ਆਫ ਸਾਇੰਸ ਐਂਡ ਇਹਦੇ ਬਾਰੇ ਹੋਰ ਵੀ ਕੁਝ ਚੀਜ਼ਾਂ ਆਪਾਂ ਜਾਣਨੀਆਂ ਨੇ ਜਿਹਦੇ ਵਿੱਚੋਂ ਬਹੁਤ ਕੁਐਸਚਨਸ ਆਣਗੇ ਆ ਸਕਦੇ ਨੇ ਨਹੀਂ ਆਣਗੇ ਹੀ ਜੇ ਤੋਂ ਨਾਂ ਤਾਂ ਫਿਰ ਕਿੱਥੋਂ ਆਣਗੇ ਰਾਈਟ ਕ੍ਰਿਪਟੋ ਕਰੰਸੀਜ਼ ਜੈਨੇਟਿਕ ਮੋਡੀਫਿਕੇਸ਼ਨ ਸਾਇੰਸ ਐਟੈਕ ਦੀ ਗੱਲ ਕਰੀਏ ਇਹੀ ਕੁਐਸਚਨਸ ਆਣਨੇ ਆ ਨਾਓ ਯੂ ਪੀਪਲ ਆਰ ਸੇਇੰਗ ਇਹਦਾ ਆਨਸਰ ਕੀ ਹੈ ਫਿਲੀਪੀਨਸ ਜਪਾਨ ਸਿੰਗਾਪੁਰ ਜਾਂ ਫਿਰ ਚੇਂਜ ਇਨ ਜੀਨਸ ਆਫ ਅ ਸਪੀਸੀਜ਼ ਰਾਈਟ ओके ऑफ एन ऑर्गेनिज्म वुड बी अ बेटर वर्ड क्योंकि आपा सारी स्पीशीज दा किद्दा जीन बदल सकदे है ना इकट्ठा ही सो मैनिपुलेशन ऑफ जीन्स राइट नाइस आर्टिफिशियली एडिटिंग जेनेटिक फीचर्स ऑफ ऑर्गेनिजम्स राइट बिल्कुल सही जी शाबाश सो एडिटिंग ऑफ द जीन्स द जेनेटिक मटेरियल व्हिच इज द बेसिक फैक्टर deciding ki what will be your features right okay so is answer is see Philippines you are right so let's see Philippines it became the world's first country to approve commercial production of golden rice so it is uh, why why this is such an important news koki a e genetically modified crops e a India other which there is BT cotton, ਬਾਇਓਲੋਜੀਕਲ ਟੈਕਨੋਲੋਜੀਜ਼ ਬੀਟੀ ਸੋ ਬਾਇਓਟੈਕ ਦਾ ਹੀ ਇੱਕ ਅੱਗੇ ਪਾਰਟ ਹੈ ਜੈਨੇਟਿਕ ਮੋਡੀਫਿਕੇਸ਼ਨ ਇੱਕ ਬਾਇਓ ਮਤਲਬ ਲਾਈਫ ਨਾਲ ਜੁੜੀ ਹੋਈ ਟੈਕਨੋਲੋਜੀ ਐਂਡ ਵਨ ਆਫ ਦੋਸ ਟੈਕਨੋਲੋਜੀਜ਼ ਇਸ ਜੈਨੇਟਿਕ ਮੋਡੀਫਿਕੇਸ਼ਨ ਇੰਡੀਆ ਦੇ ਵਿੱਚ ਵੀ ਹੈ ਬੀਟੀ ਕਾਟਨ ਐਂਡ 90% ਤੋਂ ਜ਼ਿਆਦਾ ਜਿਹੜੀ ਇੰਡੀਆ ਦੇ ਵਿੱਚ ਕਾਟਨ ਲੱਗਦੀ ਉਹ ਬੀਟੀ ਕਾਟਨ ਹੀ ਹੈ ਪ੍ਰੋਡਕਸ਼ਨ ਵੀ ਵਧੀ ਹੈ ਕੁਝ ਕਨਸਰਨਸ ਵੀ ਨੇ ਬਟ ਹੁਣ ਆਪਾਂ ਇਹ ਚੀਜ਼ ਖਾਣੀ ਹੈ 골ਡਨ ਰਾਈਸ ਜਿਵੇਂ ਗ੍ਰੀਨ ਰੈਵੋਲੂਸ਼ਨ ਹੋਇਆ ਸੀ देयर वाज ਗ੍ਰੀਨ ਰੈਵੋਲੂਸ਼ਨ ਸਾਰੇ এনवायरमेंटਲਿਸਟ ਨੇ ਭਾਰਤ ਸਰਕਾਰ ਨੂੰ ਕਿਹਾ ਵੀ ਇਹਦਾ ਨਾ ਕਰੋ ਕੱਲ ਨੂੰ ਪ੍ਰੋਬਲਮਸ ਆਣ ਗਿਆ ਐਂਡ ਫਿਰ ਉਹ ਆਈਆਂ ਵੀ ਹੈਨਾ ਉਸ ਤੋਂ ਬਾਅਦ ਵੈਰੀ ਗੁੱਡ ਮਾਰਨਿੰਗ ਜੋਤੀ ਉਸ ਤੋਂ ਬਾਅਦ ਆਈਆਂ ਵੀ ਪ੍ਰੋਬਲਮਸ ਲਾਈਕ ਸਾਡਾ ਪਾਣੀ ਥੱਲੇ ਚਲਾ ਗਿਆ ਕੈਂਸਰ ਬੈਲਟ ਬਣ ਗਈ ਹਵਾ ਦੇ ਵਿੱਚ ਮਿੱਟੀ ਦੇ ਵਿੱਚ ਕੈਮੀਕਲਸ ਆ ਗਏ ਕਿਸਾਨ ਜਿਹੜੇ ਨੇ ਉਹਨਾਂ ਦੀ ਕੋਸਟ ਆਫ ਪ੍ਰੋਡਕਸ਼ਨ ਵਧ ਗਈ ਬਹੁਤ ਸਾਰੀ ਪ੍ਰੋਬਲਮਸ ਆ ਗਈਆਂ ਹੈਨਾ ਨਾਇਬ ਸਿਰੀਲਰ ਦਾ ਪੇਪਰ ਹੁਣ ਹੈ ਹੁਣ ਸੰਦੀਪ ਪੜਤੀ ਕਦੋਂ ਆਣੀ ਹੈ ਮਤਲਬ 22 ਤਰੀਕ ਨੂੰ ਪੇਪਰ ਹੈ ਤਿਆਰੀਆਂ ਥਿਉਰੀਆਂ ਕਰਕੇ ਬੈਠੀ ਜਾਂਦਾ ਸੋ ਆਪਾਂ ਸਮਝ ਲੈਣੇ ਆ ਹੁਣ 골ਡਨ ਰਾਈਸ ਹੁਣ ਇਹ ਜਦੋਂ ਤੁਸੀਂ ਚੀਜ਼ ਖਾਣੀ ਹੈ ਪੀਪਲ ਸੇ ਕਿ ਤੁਸੀਂ ਜੀਨ ਐਡਿਟ ਕੀਤੇ ਨੇ ਵੀ ਡੂ ਨਾਟ ਨੋ ਕਿ ਆਫਟਰ ਸਮ ইয়ারਜ਼ ਜਿਹੜੇ ਆਰਗੇਨਿਜ਼ਮ ਦੇ ਅਸੀਂ ਜੀਨ ਐਡਿਟ ਕੀਤੇ ਨੇ ਉਹ ਕਿੱਦਾਂ ਬਿਹੇਵ ਕਰੇਗਾ ਹਾਉ ਥੈਟ ਵਿਲ ਰਿਐਕਟ ਵਿਦ ਆਰ ਬਾਡੀਜ਼ ਸੋ ਇਹ ਦਿੱਕਤ ਪਰੇਸ਼ਾਨੀ ਅੱਗੇ ਸਾਨੂੰ ਆ ਸਕਦੀ ਹੈ ਸ਼ਾਇਦ ਅਸੀਂ ਹੋਰ ਬਿਮਾਰੀਆਂ ਸਾਰੀ ਦੁਨੀਆ ਦੇ ਵਿੱਚ ਸਪਰੈਡ ਕਰਦੀ ਹੈ ਸੋ ਪੀਪਲ ਆਰ ਫੋਲੋਇੰਗ ਦਾ ਪ੍ਰਿੰਸੀਪਲ ਆਫ ਕੌਸ਼ਨ ਇਹ ਕੌਸ਼ਨ ਪ੍ਰਿੰਸੀਪਲ ਹੁੰਦਾ ਹੈ ਕਿ ਜਦੋਂ ਕੋਈ ਨਵੀਂ ਟੈਕਨੋਲੋਜੀ ਆਈ ਐਂਡ ਯੂ ਆਰ ਨਾਟ ਵੈਰੀ ਅਵੇਅਰ ਅਬਾਊਟ ਇਟ ਸੋ ਇਸ ਪ੍ਰਿੰਸੀਪਲ ਨੂੰ ਫੋਲੋ ਕੀਤਾ ਜਾਵੇ ਵੀ ਨੀਡ ਟੂ ਡੂ ਮੋਰ ਰਿਸਰਚ ਔਨ ਦਿਸ ਜਦੋਂ ਤੁਸੀਂ ਆਨਸਰ ਰਾਈਟਿੰਗ ਕਰਨ ਜਾਓਗੇ ਪੀਸੀਐਸ ਵਾਲੇ ਤੇ ਸਾਨੂੰ ਹੋਰ ਰਿਸਰਚ ਕਰਨੀ ਚਾਹੀਦੀ ਹੈ ਇਹੋ ਜਿਹੀਆਂ ਚੀਜ਼ਾਂ ਤੁਸੀਂ ਲਿਖ ਕੇ ਆਓਗੇ ਠੀਕ ਹੈ बीटी ब्रिन्जल इज आल्सो देयर यस बट इंडिया ने कोई भी एडिबल चीज खाने वाली चीज नु अलाउ नहीं ਕੀਤਾ ਹੋਇਆ ਟ੍ਰਾਇਲਸ ਅਲਾਉਡ ਨੇ ਉਹ ਵੀ オーپن ਫੀਲਡ ਟ੍ਰਾਇਲਸ ਨਹੀਂ ਕਰਨੇ ਅਲਾਉਡ ਹੈਗੇ ਕਿਉਂਕਿ ਕੋਈ ਪੰਛੀ ਕੋਈ ਇਨਸੈਕਟ ਬੀਜ ਚੱਕ ਕੇ ਕਿਤੇ ਹੋਰ ਲਾ ਦਵੇ ਤੇ ਉਹ ਸਾਰਾ ਫੇਰ এনवायरमेंट ਦੇ ਵਿੱਚ ਫੈਲ ਜਾਵੇ ਇੱਕ ਜੈਨੇਟਿਕਲੀ ਮੋਡੀਫਾਈਡ ਆਰਗੇਨਿਜ਼ਮ ਸੋ दैट इज नॉट ਅਲਾਉਡ ਇਨ ਇੰਡੀਆ ਐਜ਼ ਆਫ ਨਾਓ नाउ दीज आर लिविंग ऑरगैनिजम जेनेटिक मटीरियल हैज बीन आर्टिफिशियली मैनिपुलेटेड हैज बीन आर्टिफिशियली मेनिपुलेटेड इन ए लैब थ्रू जेनेटिक इंजीनियरिंग सो की वर्ड्स की वर्ड्स ने आर्टिफिशियली मैनिपुलेट थ्रू वॉट जेनेटिक इंजीनियरिंग पर्पज की है असं अच्छे ऑरगैनिजम्स बनाना चाहते हैं पहले असी क्रॉस ब्रीडिंग करते ट्रडिशनली बहुत ज़्यादा टाइम कंज्यूमिंग एक चीज सी एंड द रिजल्ट वॉज ऑल्सो नॉट सर्टन ਕਿ ਅਸੀਂ ਜੋ ਡਿਜ਼ਾਇਰਡ ਚੀਜ਼ ਚਾਹਨੇ ਆ ਉਹ ਸਾਨੂੰ ਮਿਲੇਗੀ 100% ਨਾਟ ਸ਼ੋਰ ਇਥੇ ਕੀ ਅਸੀਂ ਜੀਨ ਕਿਸੇ ਦਾ ਚੱਕ ਕੇ ਕਿਸੇ ਦੇ ਵਿੱਚ ਪਾਤਾ ਜਾਂ ਫਿਰ ਕਿਸੇ ਆਰਗੇਨਿਜ਼ਮ ਦਾ ਇੱਕ ਇਹੋ ਜਿਹਾ ਜੀਨ ਸੀਗਾ ਵਿਚ ਵਾਸ ਹਾਰਮਫੁਲ ਉਹਨੂੰ ਆਪਾਂ ਸਾਇਲੈਂਟ ਕਰਤਾ ਉਹਨੂੰ ਕਹਿੰਦੇ ਆਪਾਂ ਜੀਨ ਸਾਇਲੈਂਸਿੰਗ ਆਈ ਵਿਲ ਗਿਵ ਯੂ ਵਨ ਐਗਜ਼ਾਮਪਲ ਜਿਵੇਂ ਕੁਝ ਪ੍ਰੋਡਕਟਸ ਨੇ ਉਹਦੇ ਵਿੱਚੋਂ ਆਪਾਂ ਤੇਲ ਕੱਢਣਾ ਆਇਲ ਸੀਡਸ ਨੇ ਉਹ ਤੇਲ ਦੇ ਨਾਲ ਕੁਝ ਗਲਤ ਚੀਜ਼ ਵੀ ਆ ਜਾਂਦੀ ਹੈ ਉਹਨੂੰ ਫਿਰ ਫਿਲਟਰ ਕਰਨਾ ਪੈਂਦਾ ਸੀ ਸੋ ਸਾਇੰਟਿਸਟ ਨੇ ਕੀ ਕੀਤਾ ਆ ਜਿਹੜੀ ਗਲਤ ਬਾਈ ਪ੍ਰੋਡਕਟ ਨਿਕਲ ਰਿਹਾ ਸਾਨੂੰ ਨਹੀਂ ਚਾਹੀਦਾ ਉਹ ਵਾਲਾ ਜੀਨ ਸਾਇਲੈਂਸ ਕਰਤਾ ਸੋ ਦੈਟ ਇਜ਼ ਜੀਨ ਸਾਇਲੈਂਸਿੰਗ ਰਾਓ ਸੋ ਦ ਪਰਪਸ ਇਜ਼ ਟੂ ਕ੍ਰੀਏਟ ਕੰਬੀਨੇਸ਼ਨਸ ਆਫ ਪਲਾਂਟ ਐਨੀਮਲ ਬੈਕਟੀਰੀਆ ਵਾਇਰਸ ਸੋ ਐਨੀ ਲਿਵਿੰਗ ਆਰਗੈਨਿਜ਼ਮ ਰਾਈਟ ਇਹਨੂੰ ਆਪਾਂ ਲਿਵਿੰਗ ਮੋਡੀਫਾਈਡ ਆਰਗੈਨਿਜ਼ਮਸ ਵੀ ਕਹਿੰਦੇ ਆ राइट ਜਿਵੇਂ ਗੱਡੀਆਂ ਮੋਡੀਫਾਈ ਕਰਾ ਲੈਂਦੇ ਉਹਦੇ ਲਿਵਿੰਗ ਔਰ ਔਰਗੇਨਿਜ਼ਮ ਇਨਸਾਨ ਨੇ ਮੋਡੀਫਾਈ ਕਰਤੇ ਨੇ ਲਿਵਿੰਗ ਮੋਡੀਫਾਈਡ ਔਰਗੇਨਿਜ਼ਮਸ রাইਟ ਜੋ ਅਸਲ ਦੇ ਵਿੱਚ ਸਾਨੂੰ ਜੀਨਸ ਨਹੀਂ ਮਿਲਦੇ ਔਰਗੇਨਿਜ਼ਮਸ ਨਹੀਂ ਮਿਲਦੇ ਉਹ ਸੀ ਕ੍ਰੀਏਟ ਕਰ ਲੈਨੇ ਹੁਣ ਨਾਓ ਜੀਐਮ ਕ੍ਰੌਪਸ ਏ ਆ ਡਰਾਈਵਡ ਫਰਮ ਪਲਾਂਟਸ ਹੁਸ ਜੀਨਸ ਆਰ ਆਰਟੀਫੀਸ਼ੀਅਲੀ ਮੋਡੀਫਾਈਡ ਹਾਊ ਯੂਜੂਲੀ ਥਿਸ ਇਜ਼ ਵਨ ਤਰੀਕਾ ਇੱਕ ਤਰੀਕਾ ਏ ਹੈ ਯੂਜੂਲੀ ਬਾਏ ਇਨਸਰਟਿੰਗ ਜੈਨੇਟਿਕ ਮਟੀਰੀਅਲ from another organism in order to give it a new property such as odi yield bada vadhad deange assi odi productivity vadhati odi tolerance to herbicide resistance to disease drought flood saline soil eh sari cheezan aap badha sakde ha so that we get the desired crop and increase its nutritional value eh hundiyan ne gm crops theek hai ji eh wali pdf ta zarur ਤੁਸੀਂ ਲੈਲਿਓ ਟੈਲੀਗ੍ਰਾਮ ਚੈਨਲ ਤੋਂ ਦਿਸ ਇਜ਼ ਵੈਰੀ ਇੰਪੋਰਟੈਂਟ ਰਾਈਟ ਇਹਨੂੰ ਆਪਾਂ ਕਹਿੰਦੇ ਆ ਨੋਟਸ ਹੁਣ ਇਹਦੇ ਤੇ ਐਡ ਕਰਦੇ ਰਹਿਓ ਜਦੋਂ ਵੀ ਕੋਈ ਆਰਟੀਕਲ ਨਿਊਜ਼ਪੇਪਰ ਚ ਪੜ ਰਹੇ ਹੋ ਜੈਨੇਟਿਕ ਮੋਡੀਫਿਕੇਸ਼ਨ ਦੇ ਉੱਤੇ ਕੁਝ ਇੰਪੋਰਟੈਂਟ ਤੁਹਾਨੂੰ ਲੱਗਦਾ ਹੈ ਪ੍ਰੋ ਕੌਨ ਫਾਇਦਾ ਨੁਕਸਾਨ ਐਡ ਕਰ ਲਓ ਠੀਕ ਹੈ ਇਹ ਤੁਹਾਡਾ ਬੇਸਿਕ ਬਣ ਗਿਆ ਇੱਕ ਨੋਟ ਔਨ ਜੈਨੇਟਿਕ ਇੰਜੀਨੀਅਰਿੰਗ ਮੋਡੀਫਿਕੇਸ਼ਨ ਜੋ ਮਰਜ਼ੀ ਬੋਲੋ ਪ੍ਰੋਬਬਲੀ ਦ ਬੈਸਟ ਨੋਨ ਵੈਰਾਈਟੀ ਆਫ ਜੀਐਮ ਰਾਈਸ ਇਜ਼ 골ਡਨ ਰਾਈਸ ਹੋਰ ਵੀ ਹੋਣ ਗਿਆ गोल्डन राइस ਦੇ ਵਿੱਚ ਹੈ ਕਿ ਇਹੋ ਜਿਹੇ ਕੁਐਸਚਨ ਬਹੁਤ ਜ਼ਿਆਦਾ ਆਉਂਦੇ ਨੇ ਜੀ ਸਰਕਾਰੀ ਪੇਪਰਾਂ ਦੇ ਵਿੱਚ ਕਿ بیਟੀ ਕਾਟਨ ਬਣਾਈ ਹੈ ਤੇ ਕਿਹੜਾ ਅਸੀਂ ਪਾਇਆ ਬੈਕਟੀਰੀਆ ਕਿੱਥੋਂ ਚੱਕ ਕੇ ਪਾਇਆ ਠੀਕ ਹੈ ਪੈਨ ਦਾ ਕਲਰ ਰੈੱਡ ਕਰ ਦੀ ਤਾਂ ਕਹਿੰਦੇ ਚਿੱਟਾ ਕਰ ਦਿਓ ਚਿੱਟਾ ਕਰ ਦੀ ਤੇ ਕਹਿੰਦੇ ਰੈੱਡ ਕਰ ਦਿਓ ਡੈਮੋਕਰੇਟਿਕਲੀ ਡਿਸਾਈਡ ਕਰ ਲਓ ਫਿਰ ਜਿੰਨੇ ਹੈਗੇ ਉਹ ਕਿਹੜਾ ਕਰ ਲੀਏ 골ਡਨ ਰਾਈਸ ਇਨਵੋਲਸ ਦ ਇਨਸਰਸ਼ਨ ਆਫ ਜੀਨਸ ਫਰੋਮ ਅ ਪਲੈਂਟ

ਦੇਖੋ ਸੰਦੀਪ ਜਿਹੜੇ ਨੋਟਿਸਸਿਜ਼ ਦੇਖੇ ਨੇ ਨਾ ਸਰਕਾਰੀ ਵੈਬਸਾਈਟ ਦੇ ہوتے ਉਹ ਆਪਾਂ ਸਾਰੇ ਡਿਸਕਸ ਕੀਤੇ ਨੇ ਹਾਲੇ ਤੱਕ ਨਾਇਬ ਤਸਿਲਦਾਰ ਦਾ ਨਹੀਂ ਦੇਖਿਆ ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ ਦਾ ਦੇਖ ਗਿਆ ਕੋਆਪਰੇਟਿਵ ਬੈਂਕਾਂ ਦੇ ਵਿੱਚ ਨੌਕਰੀਆਂ ਆ ਰਹੀਆਂ ਨੇ ਅਸਿਸਟੈਂਟ ਲਾਈਨਮੈਨ ਆ ਰਹੀਆਂ ਨੇ ਫੋਰੈਸਟ ਗਾਰਡ ਆ ਰਹੇ ਨੇ ਪੰਜਾਬ ਪੁਲਿਸ ਦਾ ਆਬਵੀਅਸਲੀ ਉਹਦਾ 10000 ਪਰਤੀ ਆ ਰਹੀ ਹੈ ਹੈਨਾ ਨਹੀਂ ਮਲਟੀ ਕਲਰ ਨਹੀਂ ਹੈ ਜੀ ਉਹ ਬਚਪਨ ਜੀ ਹੁੰਦਾ ਸੀ ਸੋ ਨੋਟਿਸ ਜਿਹੜੇ ਆਏ ਨੇ ਉਹ ਆਪਾਂ ਡਿਸਕਸ ਕੀਤੇ ਨੇ देयर इज ਅ ਪਲੇਲਿਸਟ ਅਲੱਗ ਤੋਂ ਪਲੇਲਿਸਟ ਹੀ ਬਣਾ ਦਿੱਤੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਇੰਨੀਆਂ ਨੌਕਰੀਆਂ ਕੱਢ ਦਿੱਤੀਆਂ ਕਿ ਬੱਚੇ ਵੀ ਕਨਫਿਊਜ਼ ਹੋ ਗਏ ਉਹ ਪਲੇਲਿਸਟ ਹੈਗੀ ਹੈ ਪੰਜਾਬ ਗਵਰਨਮੈਂਟ ਜੌਬ ਨੋਟੀਫਿਕੇਸ਼ਨ ਉੱਥੇ ਸਾਰੀਆਂ ਦੇਖੋ ਇੱਕ ਵਾਰ ਛੋਟੀ ਛੋਟੀ 5 5 4 4 7 7 ਮਿੰਟ ਦੀ ਵੀਡੀਓਜ਼ ਨੇ ਬਟ ਹਾਲੇ ਨਾਇਬ ਤਹਿਸੀਲਦਾਰ ਬਾਰੇ ਕੋਈ ਨੋਟਿਸ ਸਰਕਾਰੀ ਵੈਬਸਾਈਟ ਦੇ ਉੱਤੇ ਨਹੀਂ ਪਿਆ ரைਟ ਮੈਂ ਅੱਜ ਚੈੱਕ ਕਰਵਾ ਲਾਂਗਾ ਸੋ yellow ਵੀ ਪੰਜ ਸੱਤ ਤਰ੍ਹਾਂ ਦੇ ਨੇ ਲਓ લાવ ન જા ਰਹੇ ઠીક હે જી ગોલ્ડન પ્રાઇસ હો ગયા આગળ ચાલીએ હણ ઇન્ડિયા હેઝ વેરી ઇમ્પોર્ટન્ટ અગેન આજો આજો વાપસ આજા કરો પ્લીઝ કમ કમ બેક અગેન હે ના ફોન ફોન હોnda હે ભી બંદે ન નીંદ ની ના આ જાવે પડદે હોએ ઇસલી وچ وچ થોડી જી સ્ટેન્ડ અપ કોમેડી કરની પહેંદી હે ફ્રીલી વૈસે તો મેનુ કહે રહે ને કુછ ઓર્ગેનાઇઝર્સ કે શો લા દો so india has approved commercial cultivation of only one gm crop kehi bt cotton ye main das sukeya tonu pata hona jide taiyari kar rahe ne tonu ta e wala question pata hi hona theek hai next is no gm food crop has ever been approved for commercial cultivation in the country india di gal kar rahe ha khaan wali koi bhi crop asi halle nahi kiti hai it will be a very bold season jis din ho jega because bahut sare concerns ne main tonu das dete एनवायरनमेंट देन ऑल रिलेटेड कंसर्न्स ਨੇ ਕਿ ਜਿਹੜੀ ਬਾਇਓਡਾਈਵਰਸਿਟੀ ਹੈ ਉਹਦੇ ਵਿੱਚ ਜੈਨੇਟਿਕਲੀ ਮੋਡੀਫਾਈਡ ਜਿਹੜੇ ਸੀਡਸ ਨੇ ਇੱਕ ਵਾਰ ਚਲੇ ਗਏ ਉਹਨਾਂ ਨੂੰ ਵਾਪਸ ਲਿਆਣਾ ਬਹੁਤ ਔਖਾ ਹੈ ਠੀਕ ਹੈ ਜੀ ਸੋ दैट इज अ वेरी ਡਿਫਿਕਲਟ ਸੋ ਆਪਾਂ ਨਹੀਂ ਅਲਾਉ ਕਰ ਰਹੇ ਪਲੱਸ ਹੈਲਥ ਕਨਸਰਨਸ ਨੇ ਪਲੱਸ ਇਕਨੋਮਿਕ ਕਨਸਰਨਸ ਨੇ ਰਾਈਟ ਆਈਐਸਪੀਸੀਐਸ ਵਾਲੇ ਹੈਡਿੰਗਸ ਨੋਟ ਕਰ ਲੈਣ ਇਕਨੋਮਿਕ ਕਨਸਰਨਸ ਕੀ ਨੇ ਵੀ ਜਦੋਂ ਲਾਸਟ ਟਾਈਮ ਗ੍ਰੀਨ ਰੈਵਿਊਲੂਸ਼ਨ ਆਇਆ ਸੀ ਉਦੋਂ ਕਿਸਾਨ ਜਿਹੜਾ ਸੀ ਉਹ ਡਿਪੈਂਡੈਂਟ ਹੋ ਗਿਆ ਸੀ مونسانٹو ਵਰਗੀਆਂ ਕੰਪਨੀਆਂਜ਼ ਦੇ ਉੱਤੇ ਕਿਉਂਕਿ بی جی ਉਹਨਾਂ ਨੇ ਬਣਾ ਕੇ ਮੋਨੋਪੋਲਾਈਜ਼ ਕਰ ਲਏ ਪੇਟੈਂਟ ਲੈ ਲਏ ਉਦਾਂ ਹੀ ਹੁਣ ਜੈਨੇਟਿਕ ਹੁਣ ਕੋਈ ਅ ਮੱਕੀ ਦਾ بی ٹی ਬਰੇਂਜਲ ਦਾ ਸੀਡ ਹੋਏਗਾ ਕੌਣ ਵੇਚੇਗਾ ਕੋਈ ਕੰਪਨੀ ਵੇਚ ਸਕਦੀ ਹੈ ਜੇ ਸਰਕਾਰ ਨੇ ਨਾ ਬਣਾਇਆ ਸਰਕਾਰੀ ਇੰਸਟੀਟਿਊਸ਼ਨ ਬਣਾਏਗਾ ਫਿਰ ਤਾਂ ਚਲੋ ਆਸਾਨੀ ਨਾ ਮਿਲ ਜੇਗਾ ਠੀਕ ਹੈ ਜੀ ਸੋ ਦਿਸ ਇਜ਼ ਅ ਵਾਟ ਇਜ਼ ਜੀਐਮ ਕ੍ਰੌਪ ਅਸੀਂ ਸਾਰੀ ਜਿਹੜੀ ਗੱਲ ਕੀਤੀ ਹੈ ਅ ਕ੍ਰੌਪ ਵਿਚ ਹੈਜ਼ ਅ ਜੀਨ ਆਰਟੀਫੀਸ਼ੀਅਲੀ ਇਨਸਰਟਡ ਇਨਟੂ ਇਟ ਫਰੋਮ ਅਨਦਰ ਸਪੀਸੀਜ਼ ਈਵਨ ਅਨਰਿਲੇਟਿਡ ਸਪੀਸੀਸ ਟੂ ਗਿਵ ਇਟ ਸਮ ਡਿਜ਼ਾਇਰਡ ਪ੍ਰੋਪਰਟੀਆਂ ਠੀਕ ਹੈ ਹੁਣ ਤਾਂ ਇੱਕ ਨਵਾਂ ਕਨਸੈਪਟ ਆ ਗਿਆ ਕਿ ਡਿਜ਼ਾਈਨਰ ਬੇਬੀਜ਼ ਦਾ ਤੁਸੀਂ ਬੇਬੀ ਆਪਣਾ ਜਿਵੇਂ ਕਪੜੇ ਡਿਜ਼ਾਈਨ ਕਰਾਣੇ ਹੋ ਵਿਆਹ ਵਾਸਤੇ ਉਦਾਂ ਹੀ ਆਪਣਾ ਬੱਚਾ ਵੀ ਡਿਜ਼ਾਈਨ ਕਰਾ ਸਕਦੇ ਹੋ ਹੈ ਤੁਸੀਂ ਡਾਕਟਰ ਕੋਲ ਜਾਓਗੇ ਤੁਸੀਂ ਕਹੋਗੇ ਵੀ ਇਹਦੀਆਂ ਨੀਲੀਆਂ ਅੱਖਾਂ ਰੱਖ ਦਿਓ ਜੀ ਹੈਨਾ 골ਡਨ ਦੇ ਬਾਲ ਕਰ ਦਿਓ ਥੋੜੇ ਵਿੱਚ ਵਿੱਚ ਪਿੰਕ ਪਾ ਦਿਓ सो इदा तुम डिजाइनर बेबीज भी वह भी किसी दिन आप टेक्नोलॉजी डिस्कस करा दैट वॉट इज हैपनिंग अबाउट दैट ठीक है सो so, ए है ये डिजाइन तुम्हें एक बार स्क्रीनशॉट ले लो रीड करियो देर आर सम इंपोर्टेंट इनफोमेन फैक्ट्स जो इंपोर्टेंट ने दैट द फस्ट जीएम क्रॉप वराइट अप्रूव फॉर कमरशियलाइजे वॉज बी टी कॉटन इंडिया बॉल गार्ड वन विच प्रोवाइड इम्यूनिटी ए उस ब्रीड का नाम है ਵਿਚ ਪ੍ਰੋਵਾਈਡਡ ਇਮਿਊਨਿਟੀ ਅਗੇਂਸਟ ਦਾ ਪਿੰਕ ਬਾਲ ਵਰਮ ਇਹਨੂੰ ਆਪਾਂ ਕਹਿੰਦੇ ਆ ਗੁਲਾਬੀ ਸੁੰਡੀ ਪੰਜਾਬੀ ਦੇ ਵਿੱਚ ਠੀਕ ਹੈ ਬਟ ਪ੍ਰੋਬਲਮਸ ਬੜੀਆਂ ਆ ਰਹੀਆਂ ਨੇ ਹੁਣ ਸਾਨੂੰ ਕਿਉਂਕਿ ਇੱਕ ਵਾਰ ਚਿੱਟੀ ਮੱਖੀ ਨੇ ਸਾਰੀ ਕਾਟਨ ਦੀ ਫਸਲ ਪੰਜਾਬ ਤੇ ਜਿੱਥੇ ਕਾਟਨ ਬੈਲਟ ਹੈ ਉਹ ਖਰਾਬ ਕਰ ਦਿੱਤੀ ਸੋ ਪ੍ਰੋਬਬਲੀ ਕੁਝ ਐਕਸਪਰਟਸ ਕਹਿ ਰਹੇ ਨੇ ਕਿ ਇਹਦਾ ਇੱਕ ਕਾਰਨ ਹੈ ਜੀਐਮ ਕ੍ਰੌਪਸ ਬੀਟੀ ਕਾਟਨ ਇਹ ਤਾਂ ਬੜੇ ਫਾਇਦੇ ਦੱਸਦੀਆਂ ਸੀ ਕੰਪਨੀਆਂ ਮੌਨਸੈਂਟੋ ਵਰਗੀਆਂ ਹੈ ਨਾ ਤੇ ਹੁਣ ਕੀ ਹਾਂ ਜੀ ਸਭ ਤੋਂ ਸੋਨਾ ਬੱਚਾ ਬਣਾ ਦੋ ਬਿਲਕੁਲ ਸਹੀ ਗੱਲ ਬਟ that is also not allowed just because of this because society ਦੇ ਵਿੱਚ there are certain features ਜਿਨ੍ਹਾਂ ਨੂੰ ਚੰਗਾ ਮੰਨਿਆ ਜਾਂਦਾ ਹੈ ਹੈਨਾ ਫਿਰ ਤਾਂ ਸਾਰੀ ਦੁਨੀ ਉਹ ਜੀ ਬਣ ਜਾਏਗੀ ਪੇਰੈਂਟਸ ਪੁੱਛਿਆ ਕਰਨਗੇ ਕਿ ਅੱਜ ਕੱਲ ਕਿਹੜਾ ਬੱਚਾ ਚੱਲ ਰਿਹਾ ਜੀ ਕਾਂਦਾਰ ਨੇ ਕਹਿਣਾ ਆਹਲਾ ਲੈ ਲਓ ਚਲੋ ਜੀ ਅਨਦਰ ਵੈਰੀ ਇੰਪੋਰਟੈਂਟ ਫੈਕਟ ਮਾਈ ਫਰੈਂਡਸ ਇੱਥੇ ਰੱਟਾ ਮਾਰ ਲਓ ਪਲੀਜ਼ ਆ ਆ ਗਿਆ ਸਮਝ ਲਓ ਪੇਪਰ ਦੇ ਵਿੱਚ ਤੁਹਾਡੇ ਕਿਹੜਾ ਜੈਨੇਟਿਕ ਇੰਜੀਨੀਅਰਿੰਗ ਅਪਰੇਜ਼ਲ ਕਮੇਟੀ GEAC ਇੰਡੀਆ ਦੇ ਵਿੱਚ ਕਿਹੜੀ ਕ੍ਰੌਪ ਨੂੰ ਫੀਲਡ ਟ੍ਰਾਇਲਸ ਲਈ ਅਲਾਉ ਕੀਤਾ ਜਾਏਗਾ ਕਿਨੂੰ ਕਮਰਸ਼ੀਅਲਾਈਜੇਸ਼ਨ ਲਈ ਅਲਾਉ ਕੀਤਾ ਜਾਏਗਾ ਵੈਨ ਇਟ ਕਮਸ ਟੂ ਬੀਟੀ ਕ੍ਰੌਪਸ ਜੀਐਮਓਜ਼ ਐਲਐਮਓਜ਼ ਇਹ ਵਾਲੀ ਬੋਡੀ ਜੈਨੇਟਿਕ ਇੰਜੀਨੀਅਰਿੰਗ ਅਪਰੇਜ਼ਲ ਕਮੇਟੀ ਬਹੁਤ ਸਾਰੇ ਪੇਪਰਾਂ ਦੇ ਵਿੱਚ ਆਲਰੇਡੀ ਪੁੱਛਿਆ ਜਾ ਚੁੱਕਿਆ ਹੈ ਐਂਡ ਇਟ ਇਜ਼ ਅ ਸਟੈਚੂਟਰੀ ਬਾਡੀ ਇਹ ਵੀ ਯਾਦ ਹੋ ਗਿਆ ਤੁਹਾਨੂੰ ਆਈ ਹੋਪ ਇਟ ਇਜ਼ ਅ ਸਟੈਚੂਟਰੀ ਬਾਡੀ ਰਾਈਟ ਕਨਸਟੀਟਿਊਟਿਡ ਅੰਡਰ ਸਮ ਰੂਲਸ ਉਹਨੂੰ ਛੱਡੋ এনवायरमेंट ਪ੍ਰੋਟੈਕਸ਼ਨ ਐਕਟ 1986 ਠੀਕ ਹੈ ਰੂਲਸ ਜਿਹੜੇ ਨੇ ਉਹਦੇ ਵਿੱਚ ਜੈਨੇਟਿਕ ਇੰਜੀਨੀਅਰਿੰਗ ਆਰਗੇਨਿਜ਼ਮਸ ਆ ਰਹੇ ਆ ਤੇ ਆਬਵੀਅਸ ਹੀ ਗੱਲ ਹੋ ਗਈ ਉਹਨੂੰ ਯਾਦ ਕਰਨ ਵਾਸਤੇ ਐਕਸਟਰਾ ਦਿਮਾਗ ਨਹੀਂ ਲਾਣਾ ਚਾਹੀਦਾ environmental environment protection act 1986 ਦੇ ਅੰਡਰ ਐਂਡ ਰਿਮੈਂਬਰ ਐਂਡ ਦੇ ਵਿੱਚ ਕੁਝ ਕੁਐਸਚਨਸ ਆਣਗੇ ਵੈਨ ਵੀ ਆਰ ਗੋਇੰ ਟੂ ਟੈਸਟ ਯੋਰ ਕਨਸਨਟ੍ਰੇਸ਼ਨ ਚਸਨ ਵਾਲੀ ਐਸਮਾਈਲੀ ਨਾ ਭੇਜ ਦੇ ਰਹਿ ਜੀ ਚਲੋ ਜੀ ਇਟ ਵਾਸ ਫਾਰਮਡ ਐਸ ਜੈਨੇਟਿਕ ਇੰਜੀਨੀਅਰਿੰਗ ਅਪਰੂਵਲ ਕਮੇਟੀ ਫਿਰ ਬਾਅਦ ਚ ਦਾ ਨਾਮ ਚੇਂਜ ਕਰ ਦਿੱਤਾ ਗਿਆ ਅਪਰੂਵਲ ਦੀ ਜਗ੍ਹਾ ਕੀ ਆ ਗਿਆ ਅਪਰੇਜ਼ਲ ਸੋ ਜਦੋਂ ਤੁਹਾਡੇ ਕੋਲ অপਸ਼ਨਸ ਆਣਗੇ ਉਹਦੇ ਵਿੱਚ ਇਹ ਵਾਲਾ ਵੀ ਇੱਕ ਆਪਸ਼ਨ ਜ਼ਰੂਰ ਹੋਏਗਾ ਲੇਕਿਨ ਤੁਸੀਂ ਅਪਰੇਜ਼ਲ ਵਾਲਾ ਸਹੀ ਕਰਨਾ ਹੈ it functions under the ministry of environment forest and climate change now this body this body geac it regulates the use manufacture storage import export of hazardous microorganisms or genetically engineered organisms and cells in india so the body is body is geac ministry of environment environment protection act ਠੀਕ ਹੈ ਜੀ ਚਲिए ਅੱਗੇ ਵਧਦੇ ਹਾਂ ਜੀ ਜੀਓਥਰਮਲ એનર્ਜੀ ਜੀਓ ਅਰਥ ਥਰਮਲ ਟੈਂਪਰੇਚਰ ਨਾਲ ਰਿਲੇਟਡ ਵਰਡ ਸੋ ਜੀਓਥਰਮਲ એનર્ਜੀ ਜਿਹੜੀ ਹੈ ਧਰਤੀ ਦੇ ਵਿੱਚ ਜਿਹੜੀ એનર્ਜੀ ਹੀਟ ਹੈ ਉਹਨੂੰ ਯੂਜ਼ ਕਰਕੇ ਜਦੋਂ ਆਪਾਂ એનર્ਜੀ ਪੈਦਾ ਕਰਦੇ ਹਾਂ ਦੈਟ ਇਜ਼ ਜੀਓਥਰਮਲ એનર્ਜੀ ਰਾਈਟ ਅਰਥਸ ਕਰਸਟ ਇਸ ਫੁੱਲ ਆਫ ਹੀਟ ਵੀ نو ਦੈਟ ਦੈਟ ਇਜ਼ ਵਾਈ ਜੋਗ੍ਰਾਫੀ ਜੋਗ੍ਰਾਫੀ ਦੇ ਵਿੱਚ ਜਿੰਨੇ ਵੀ ਤੁਸੀਂ ਕਨਸੈਪਟਸ ਪੜ੍ਹਦੇ ਹੋ ਸਾਰੇ ਇਸੇ ਲਈ ਹੋ ਰਹੇ ਆ ਬਿਕੋਜ਼ देयर इज अ लॉट ऑफ ਪ੍ਰਿਮੋਰਜੀਅਲ ਹੀਟ ਰਾਈਟ ਜਿਹੜੀ ਜਦੋਂ ਧਰਤੀ ਪਲੈਨੈਟਸ ਵਗੈਰਾ ਬਣ ਰਹੇ ਸੀ ਉਹਨਾਂ ਜ਼ਮਾਨਿਆਂ ਦੀ ਜਿਹੜੀ ਹੀਟ ਹੈ ਐਨ ਐਗਰੀਮੈਂਟ ਫॉर ਐਸਟੈਬਲਿਸ਼ਿੰਗ ਇੰਡੀਆਸ ਫਰਸਟ ਐਵਰ ਜੀਓਥਰਮਲ ਫੀਲਡ ਡਿਵੈਲਪਮੈਂਟ ਪ੍ਰੋਜੈਕਟ ਇਨ ਲੇਹ ਹੈਜ਼ ਬੀਨ ਸਾਈਨਡ ਲੇਹ ਲਦਾਖ ਕੌਣ ਕੌਣ ਗਿਆ ਹੋਇਆ ਹੈ ਜਿਹੜੇ ਲੋਕੀ ਅਨਫਿਟ ਨੇ ਇੱਕ ਤਾਂ ਉਹਨਾਂ ਦੀ ਪੰਜਾਬ ਪੁਲਿਸ ਦੀ ਭਰਤੀ ਵਿੱਚ ਬਹੁਤ ਔਖਾ ਹੋ ਜਾਂਦਾ ਹੈ। ਇੱਕ ਜਦੋਂ ਉਹ ਲੇ ਲਦਾ ਜਾਂਦੇ ਨੇ ਫਿਰ ਉੱਥੇ ਇੰਡੀਅਨ ਆਰਮੀ ਨੇ ਇੱਕ ਐਂਬੂਲੈਂਸ ਰੱਖੀ ਹੋਈ ਹੈ ਵੀ ਜਿਹੜੇ ਅਨਫਿਟ ਲੋਕ ਆਣਗੇ ਉਹਨਾਂ ਦੇ ਸਾਹ ਉਖੜ ਜਾਂਦੇ ਆ। ਇਨੀ ਹਾਈਟ ਤੇ ਆ ਕੇ ਪੰਜਾਂ ਮਿੰਟਾਂ ਦੇ ਵਿੱਚ ਫਿਰ ਉਹਨਾਂ ਦੇ ਮੂੰਹ ਦੇ ਉੱਤੇ ਉਹ ਆਕਸੀਜਨ ਲਾ ਕੇ ਉਹਨਾਂ ਨੂੰ ਭੇਜਦੇ फटाफट। ਜੋਤੀ ਨਾਈਸ ਗੁੱਡ। ਚਲਾ ਜੀ।

ਅਗਲੀ ਲਾਂਚ ਪੈਡ ਦੀ ਟ੍ਰਿਪ ਕਿਤੇ ਹੋ ਲੈ ਕੇ ਚੱਲਦੇ ਹਾਂ ਇਟ ਹਸ ਟੂ ਬੀ ਡਿਵੈਲਪਡ ਬਾਈ ONGC એનર્ਜੀ ਵਿਚ ਵਾਟ ਵਨ ਐਸ ONGC એનર્ਜੀ ਲੱਦਾਖ ਆਟੋਨਮਸ ਹਿੱਲ ਡਿਵੈਲਪਮੈਂਟ ਕਾਉਂਸਲ ਜਿਹੜੀ ਇਹੋ ਜਿਹੇ ਏਰੀਆਜ਼ ਹੁੰਦੇ ਨੇ ਨਾਰਥ ਈਸਟ ਦੇ ਬਹੁਤ ਸਾਰੇ ਏਰੀਆਜ਼ ਨੇ ਲਾਈਕ ਨਾਗਾ ਏਰੀਆਜ਼ ਉੱਥੇ ਕੁਝ ਆਟੋਨਮਸ ਅਧਿਕਾਰ ਦੇ ਦਿੱਤੇ ਜਾਂਦੇ ਨੇ 댓 ਮੀਨਸ ਕੀ ਖੁਦ ਮੁਖਤਿਆਰੀ ਥੋੜੀ ਜ਼ਿਆਦਾ ਪਾਵਰਸ And power department of Union Territory Ladakh. So then, uh, Chizane, right? ONGC, Jyoti is also pointing out. Aggee Jal Jeevan Mission, a Sarkari scheme. So Sarkari schemes we cover kar rahe Olympics also, one-liners, lambe questions, everything is being covered. Jal Jeevan Mission Urban was announced by the Ministry of Housing and Urban Affairs in the Union Budget. 2021 भाई जल जीवन मिशन रूरल पहले लॉन्च हो चुका है अर्बन एक रीसेंट सरकारी इनिशिएटिव है जी इट वाज अनाउंस्ड बाय द मिनिस्ट्री ऑफ हाउसिंग एंड अर्बन अफेयर्स कंपोनेंट की ने जल जीवन मिशन दे डेवलपमेंट ऑफ पाइप्ड पाइप्ड वाटर सप्लाई इंफ्रास्ट्रक्चर एक सेकंड just a second there is a there is a dangerous insect oh leya kuch theek hai development of piped water supply infrastructure so india de bahut sare gharan de vich water supply jehdi hai oh pipe de naal nahi hundi so imagine the social cost social cost ki hai ki ladies jehdiya ne kudiyan jehdiya ne ohna nu school chhad ke jana penda a ਪਾਣੀ ਲੈਣ ਵਾਸਤੇ ਸੋ ਡ੍ਰੌਪ ਆਊਟਸ ਹੁੰਦੇ ਨੇ ਸਕੂਲਸ ਦੇ ਵਿੱਚੋਂ ਸੋ ਦੈਟ ਇਜ਼ ਵੈਰੀ ਇੰਪੋਰਟੈਂਟ ਕਿ ਹਰ ਘਰ ਜਲ ਸੇ ਨਲ ਇਹ ਪ੍ਰਾਈਮ ਮਿੰਟਰ ਮੋਦੀ ਦਾ ਇੱਕ ਏਜੰਡਾ ਸੀਗਾ ਕਿ ਹਰ ਘਰ ਜਿਹੜਾ ਪਾਈਪ ਤੋਂ ਪਾਣੀ ਪਹੁੰਚੇ ਨਲ ਸੇ ਜਲ ਸੌਰੀ ਰਾਈਟ ਪਾਈਪ ਮਤਲਬ ਪਾਈਪ ਲੱਗੀ ਹੋਏਗੀ ਫਿਰ ਟੂਟੀ ਵੀ ਲੱਗੇਗੀ ਨਾ ਅੱਗੇ ਸੋ ਦੈਟ ਵਾਸ ਦਾ ਏਜੰਡਾ ਇਹ ਟੈਗ ਲਾਈਨ ਵੀ ਇੰਪੋਰਟੈਂਟ ਹੈ ਜਿਹੜੀ ਮੈਂ ਤੁਹਾਨੂੰ ਦੱਸੀ ਕਿ ਹਰ ਘਰ ਨਲ ਸੇ ਜਲ ਰਾਈਟ डेवलपमेंट ऑफ रिलायबल ड्रिंकिंग वाटर सोरस एंड ऑर ऑगमेंटेसन ऑगमेंटेन की होंगे जी वोकैबलरी इंग्लिश पाबी जोड़े पेपर च आनी है वो वाले बच्चे कितने ऑगमेंट करना मीनस वॉट हाँ जी ऑफ एगजिस्टिंग सोर्स जोड़े ऑलरेडी सोर्स ने उन्होंने ऑगमेंट मतलब कर मतलब होएगा बधावे जी घटावे क्यों है ना to provide long term sustainability of water supply system then grey water management what is grey water jeda already used water hunda waste water hunda obviously not from the washrooms but non fecal jeda pani hovega oda asi istemal karna hai. right onu apna reuse karan vaste kida taiyar kar sakde ha ki jeda twadi kitchens de vich oh pani niklya onu agriculture vaste asi dobara use kar diye development of utilities water quality laboratories water quality testing and surveillance research and development knowledge center capacity building capacity building ਹੁੰਦਾ ਜਦੋਂ ਤੁਸੀਂ ਟ੍ਰੇਨਿੰਗਸ ਦਿੰਨੇ ਹੋ ਉਹਨੂੰ ਆਪਾਂ ਕੀ ਕਹਿੰਦੇ ਆ ਸਰਕਾਰੀ ਭਾਸ਼ਾ ਦੇ ਵਿੱਚ ਕਪੈਸਿਟੀ ਬਿਲਡਿੰਗ ਕਰਨਾ ਆਫ ਕਮਿਊਨਿਟੀ ਸੋ ਕਮਿਊਨਿਟੀਆਂ ਦੀ ਕਪੈਸਿਟੀ ਬਿਲਡਿੰਗ ਕੀਤੀ ਜਾਏਗੀ ਉਹਨਾਂ ਨੂੰ ਰੀਚਾਰਜ ਕਰਨ ਬਾਰੇ ਸਿਖਾਇਆ ਜਾਏਗਾ ਉਹਨਾਂ ਨੂੰ ਫੰਡਸ ਦਿੱਤੇ ਜਾਣਗੇ ਇਹ ਕੰਪੋਨੈਂਟਸ ਜਿਹੜੇ ਨੇ ਬਹੁਤ ਇੰਪੋਰਟੈਂਟ ਸੀਗੇ ਜੇ ਤੁਸੀਂ ਧਿਆਨ ਨਾਲ ਪੜ੍ਹ ਲੇ ਇਟ ਇਜ਼ ਵੈਲ ਐਂਡ ਗੁੱਡ ਹੁਣ ਆਪਾਂ ਲਾਸਟ ਦੇ ਵਿੱਚ ਕੁਐਸਚਨ ਕਰਦੇ ਹੋਏ ਇੱਕ ਵਾਰ ਫੇਰ ਦੇਖਾਂਗੇ ਠੀਕ ਹੈ Goa to have null ceiling right because these states are already very advanced India is also oh, sorry Punjab is also doing good in these matters ਠੀਕ ਹੈ ਇੱਕ ਟਾਈਮਸ ਨਾਰਥ ਇੰਡੀਆ ਦੇ ਵਿੱਚ ਪੰਜਾਬ ਹੀ ਹੁੰਦਾ ਸੀ ਜਿਹੜਾ ਐਜੂਕੇਸ਼ਨ ਹੈਲਥ ਹਰ ਸੋਸ਼ਲ ਇੰਡੀਕੇਟਰ ਦੇ ਵਿੱਚ ਅੱਗੇ ਹੁੰਦਾ ਸੀ ਹੁਣ ਤਾਂ ਹਿਮਾਚਲ ਐਸ ਡਨ ਵੈਰੀ ਗੁੱਡ ਬਾਕੀ ਸਟੇਟਸ ਵੀ ਅੱਛਾ ਕਰ ਰਹੀਆਂ ਨੇ ਐਂਡ ਪੰਜਾਬ ਮਾੜਾ ਕਰ ਰਿਹਾ ਹੈ ਨਾਓ ਦਿਸ ਸਰਕਾਰੀ ਇਮੇਜ piped water supply to all rural households by 2024 ٹھیک ہے یہ بھی پوچھ لینے ہیں کہ کب تک کرنا ہے سرکار نے انٹیگریٹڈ ڈیمانڈ اینڈ سپلائی سائیڈ مینجمنٹ اف واٹر ایٹ دی لوکل لیول ڈیمانڈ نو مینیج کرنا تے سپلائی نو مینیج کرنا ٹھیک ہے وی ڈیمانڈ نو کٹائیے ایفیشینٹ یوز کریے سپلائی کتھوں آئے گی او نو اگمنٹ کریے اپ অলریڈی پڑھ لیا ویل کنورج ود ادر سکیمز ਬਾਕੀ ਸੈਂਟਰ ਤੇ ਸਟੇਟ ਸਕੀਮਾਂ ਚੱਲ ਰਹੀਆਂ ਹੋਣਗੀਆਂ ਇਰੀਗੇਸ਼ਨ ਵਾਸਤੇ ਪਾਣੀ ਵਾਸਤੇ ਮੰਡਰੇਗਾ ਸੋ ਉਹ ਸਟਰਕਚਰਸ ਬਣਾਉਣ ਵਾਸਤੇ ਡਿਫਰੈਂਟ ਸਕੀਮਸ ਦੀ ਹੈਲਪ ਲਈਤੀ ਜਾਏਗੀ ਕ੍ਰिएशन ਆਫ ਲੋਕਲ ਇਨਫਰਾਸਟਰਕਚਰ ਫॉर ਰੇਨ ਵਾਟਰ ਹਾਰਵੈਸਟਿੰਗ ਗਰਾਊਂਡ ਵਾਟਰ ਨੂੰ ਰੀਚਾਰਜ ਕਰਨਾ ਐਂਡ ਮੈਨੇਜਮੈਂਟ ਆਫ ਹਾਊਸਹੋਲਡ ਵੇਸਟ ਵਾਟਰ ਫॉर ਰੀਯੂਜ਼ ਇਨ ਐਗਰੀਕਲਚਰ ਠੀਕ ਹੈ ਹਾਂ ਆਰ ਐਂਡ ਡੀ ਰਿਸਰਚ ਐਂਡ ਡਿਵੈਲਪਮੈਂਟ ਆਈ ਜਸਟ ਸੈਟ ਇਟ ਰਿਸਰਚ ਐਂਡ ਡਿਵੈਲਪਮੈਂਟ ਇਫ ਯੂ ਆਰ ਆਸਕਿੰਗ ਦਾ ਮੀਨਿੰਗ ਦੈਟ ਮੀਨਸ ਕਿ ਉਸ ਉਸ ਚੀਜ਼ ਬਾਰੇ ਰਿਸਰਚ ਕਰਨਾ ਕਿ ਕਿਦਾਂ ਉਹਨੂੰ ਬੈਟਰ ਕੀਤਾ ਜਾ ਸਕਦਾ ਹੈ ਕੋਈ ਨਵੀਂ ਟੈਕਨੋਲੋਜੀ ਬਣਾਈ ਜਾ ਸਕਦੀ ਹੈ 올 ਥੀਸ ਥਿੰਗਸ ਨਾਓ ਜਲ ਜੀਵਨ ਮਿਸ਼ਨ ਅਰਬਨ ਦੀ ਗੱਲ ਕੀਤੀ ਹੈ ਰੂਰਲ ਦੀ ਵੀ ਕਰ ਲੈਨੇ ਆ ਥਿਸ ਵਾਸ ਲਾਂਚਡ ਬਾਈ ਡਿਪਾਰਟਮੈਂਟ ਆਫ ਡਰਿੰਕਿੰਗ ਵਾਟਰ ਐਂਡ ਸੈਨੀਟੇਸ਼ਨ ਅੰਡਰ ਜਲ ਸ਼ਕਤੀ ਮੰਤਰਾਲੇ ਹੈ ਨਾਓ ਸੀ ਇਹ ਰੂਰਲ ਹੈ ਇਹਨੂੰ ਕੌਣ ਇੰਪਲੀਮੈਂਟ ਕਰ ਰਿਹਾ ਹੈ ਜਲ ਸ਼ਕਤੀ ਮੰਤਰਾਲੇ ਕਰ ਰਿਹਾ ਹੈ अरबन जरा लॉन्च कौन करेगा हां जी दैट इज अ क्वेश्चन फॉर यू आप हमें देख के आए मिनिस्ट्री ऑफ महुआ रोली सिंह महुआ मोहित्रा महुआ ओके इट इज मिनिस्ट्री ऑफ हाउसिंग एंड अर्बन अफेयर्स बिल्कुल सही सो so, जल जीवन मिशन अरबन मिनिस्ट्री ऑफ हाउसिंग एंड अर्बन अफेयर्स ਜਲ ਜੀਵਨ ਮਿਸ਼ਨ ਰੂਰਲ ਜਲ ਸ਼ਕਤੀ ਮੰਤਰਾਲੇ ਆਪਾਂ ਹੁਣੇ 3-4 ਮਿੰਟ ਪਹਿਲੇ ਪੜ ਕੇ ਆਏ ਆ ਜਿਨ੍ਹਾਂ ਨੂੰ ਨਹੀਂ ਆ ਰਿਹਾ ਧਿਆਨ ਕਿੱਥੇ ਤੁਹਾਡਾ ਧਿਆਨ ਨਾਲ ओके इट एम्स एट प्रोवाइडिंग सप्लाई ऑफ 55 लीटर्स ऑफ वाटर पीपीएससी ਦੇ ਪੇਪਰਸ ਜਿਹੜੇ ਨੇ ਉਹ ਫੈਕਚੁਅਲ ਕੁਐਸਚਨ ਪੁੱਛਦੇ ਨੇ ਉਹ ਵੀ ਸਰਕਾਰੀ ਡਾਕੂਮੈਂਟਸ ਤੋਂ ਚੱਕ ਕੇ ਜਿਹੜੇ ਤੁਹਾਨੂੰ ਮੰਥਲੀ ਕਰੰਟ ਫੇਅਰਸ ਦੇ ਵਿੱਚ ਵੀ ਮਿਲ ਜਾਂਦੇ ਆ ਕਿਸੇ ਵੀ ਇੰਸਟੀਚਿਊਟ ਦੀ ਸੋ ਇਹ ਇਹੋ ਜਿਹੇ ਫੈਕਟਸ 55 ਲੀਟਰਸ ਆਫ ਵਾਟਰ ਪਰ ਪਰਸਨ ਪਰ ਡੇ ਟੂ ਐਵਰੀ ਰੂਰਲ ਹਾਊਸ ਹੋਲਡ ਥੈਟ ਇਜ਼ ਅ ਆਬਜੈਕਟਿਵ ਦਿਸ ਆਬਜੈਕਟਿਵ ਇਜ਼ ਵੈਰੀ ਇੰਪੋਰਟੈਂਟ ਔਰ ਹਰ ਘਰ ਨਲ ਸੇ ਜਲ ਵੈਰੀ ਇੰਪੋਰਟੈਂਟ ਇਹਦੇ ਸੋਸ਼ਲ ਇੰਪਲੀਕੇਸ਼ਨਸ ਬਹੁਤ ਇੰਪੋਰਟੈਂਟ ਨੇ ਜਿਹਦੇ ਬਾਰੇ ਆਪਾਂ ਗੱਲ ਕੀਤੀ ਥਰੂ ਫੰਕਸ਼ਨਲ ਹਾਊਸ ਹੋਲਡ ਟੈਪ ਕਨੈਕਸ਼ਨ ਸੋ ਹੋਪਫੁਲੀ ਸਾਰੇ ਇੰਡੀਅਨਸ ਦੇ ਘਰਾਂ ਦੇ ਵਿੱਚ ਟੂਟੀਆਂ ਲੱਗ ਜਾਣਗੀਆਂ ਬਾਏ 2024 ठीक है मिनिस्ट्रीज याद हो गई जल शक्ति मंत्रालय रूरल मिनिस्ट्री ऑफ हाउसिंग एंड अर्बन अफेयर्स मूविंग ऑन नाउ जल जीवन मिशन की है एक रिलेटेड जल शक्ति अभियान वी हैव टू कीप द स्पीड अ बिट फास्ट ऑन यूट्यूब है ना सो इफ यू आर फाइंडिंग इट वेरी फास्ट सो सोच स्पीड स्लो करके भी देख सकते हो Now National Water Mission Ministry of Jal Shakti in collaboration with Nehru Yuva Kendra Sangathan Ministry of Youth Affairs and Sports eh har shehar ch bane hunde hai Nehru Yuva Kendra youth ralke kuch samaj vaste karan eh hoje kendra bane hoye hai bahut purane zamane ton right jede ludhiyane de vich ne onna nu eh park plaza hotel de back side te dik jaan ge so eh kon chalanda hai Ministry of Youth Affairs and Sports ठीक है जी नेशनल वॉटर मिशन ने युवा केंद्र मिलके लॉन्च किया जल शक्ति अभियान टू एंड स्लोगन की है कैच द रेन कैच द रेन जल शक्ति अभियान कैच द रेन वेर इट फॉल्स व्हेन इट फॉल्स राइट ये तो चलो ऑब्वियस ही गल है जिथे मार बारिश पेगी उ फड़ा जदों पेगी उ फड़ा याद रहेगा तो Catch the rain where it falls, when it falls. About Jal Shakti Abhiyan, Catch the rain campaign. Right, this is the tagline. Kine Nehru Yuva Kendra and what National Water Mission Concentration. Whenever you are studying. ਵਿਚ ਵਿੱਚ ਰੁਕੇ 5-7 ਮਿੰਟ ਇਹ ਆਪਣੇ ਆਪ ਨੂੰ ਵੀ ਕੁਝ ਕੁਐਸਚਨਸ ਕਰਿਆ ਕਰੋ ਕਿਉਂਕਿ ਕਈ ਵਾਰ ਦਿਮਾਗ ਇੱਥੇ ਹੋਰ ਤੇ ਅੱਖਾਂ ਕਾਗਜ਼ ਦੇ ਵਿੱਚ ਨੈਸ਼ਨਲ ਵਾਟਰ ਮਿਸ਼ਨ ரைਟ ਬਿਲਕੁਲ ਸਹੀ ਇਟ ਇਟ ਸੀਕਸ ਟੂ ਨੱਜ ਨੱਜ ਕੀ ਹੁੰਦਾ ਹੈ ਲਾਈਕ ਯੂ نو ਥੋੜਾ ਜਿਹਾ ਧੱਕਾ ਮਾਰਨਾ ਥੈਟ ਇਜ਼ ਨੱਜ ਇਟ ਸੀਕਸ ਟੂ ਨੱਜ 올 ਸਟੇਕ ਹোলਡਰਸ ਟੂ ਕ੍ਰੀਏਟ ਰੇਨ ਵਾਟਰ ਹਾਰਵੈਸਟਿੰਗ ਸਟਰਕਚਰਸ ਜਿਹੜੇ ਧੋਲਾਵੀਰਾ ਦੇ ਵਿੱਚ ਵੀ ਸੀਗੇ ਸੂਟੇਬਲ ਟੂ ਦਾ ਕਲਾਈਮੈਟਿਕ ਕੰਡੀਸ਼ਨਸ ਐਂਡ ਸਬਸੋਇਲ ਸਟਰਾ ਡਾ ਉਸ ਕਲਾਈਮੈਟਿਕ ਕੰਡੀਸ਼ਨ ਤੇ ਉਥੋਂ ਦੀ ਜਿਹੜੀ ਸੋਇਲ ਹੈ ਤੇ ਸੋਇਲ ਦੇ نیچے ਜਿਹੜੇ ਲੇਅਰਸ ਨੇ ਅਰਥ ਦੀਆਂ ਉਹਦੇ ਅਕੋਰਡਿੰਗ ਵਾਟੇਵਰ ਸੂਟਸ ਬੈਸਟ ਉਹ ਵਾਲੇ ਸਟਰਕਚਰਸ ਬਣਾਏ ਜਾਂ ਐਂਸ਼ੀਅੰਟ ਐਂਡ ਮਿਡੀਵਲ ਇੰਡੀਆ ਦੇ ਵਿੱਚ ਹਜ਼ਾਰਾਂ ਟਾਈਪਸ ਆਫ ਸਟਰਕਚਰਸ ਸੀਗੇ ਜਿਹੜੇ ਆਪਾਂ ਬਣਾਏ ਰੇਨ ਵਾਟਰ ਹਾਰਵੈਸਟਿੰਗ ਵਾਸਤੇ ਐਂਡ 올 ਵੀ ਨੀਡ ਟੂ ਡੂ ਜਿਹੜਾ ਪਾਣੀ ਦਾ ਬਹੁਤ ਵੱਡਾ ਕ੍ਰਾਈਸਿਸ ਹੈ ਕੁਝ ਸ਼ਹਿਰਾਂ ਦੇ ਵਿੱਚ ਪਾਣੀ ਮੁੱਕ ਚੁੱਕਿਆ ਹੈ ਸ਼ਿਮਲਾ ਦੇ ਵਿੱਚ ਚੇਨਈ ਦੇ ਵਿੱਚ ਮਤਲਬ ਮੁੱਕ ਗਿਆ ਸੀ ਇੱਕ ਟਾਈਮ ਤੇ ਹੁਣ ਵੀ ਬਹੁਤ ਗਰਮੀ ਪੈ ਰਹੀ ਹੈ ਫਿਰ ਨਵੇਂ ਸ਼ਹਿਰ ਵੀ ਨਿਕਲ ਕੇ ਆਣਗੇ ਆਪਾਂ ਸਿਰਫ ਕੀ ਕਰਨਾ ਹੈ ਵੀ ਆਰ ਸੁਪੋਜ਼ ਟੂ ਡੂ ਵਾਟ ਐਂਸ਼ੀਐਂਟ ਇੰਡੀਅਨਸ ਵਰ ਡੂਇੰਗ ਰਾਈਟ ਕ੍ਰਸਟ ਮੈਂਟਲ ਕੋਰ ਆਪਾਂ ਥੋੜਾ ਜਿਆਦਾ ਥੱਲੇ ਚਲੇ ਗਏ ਆਪਾਂ ਮਿੱਟੀ ਦੀ ਗੱਲ ਕਰ ਰਹੇ ਹਾਂ ਠੀਕ ਹੈ ਸੋਇਲ ਦੀ ਲੇਅਰਸ ਹੁੰਦੀਆਂ ਨੇ ਟੌਪ ਸੋਇਲ ਸਬ ਸੋਇਲ ਦੋਜ਼ ਲੇਅਰਸ ਕੁਐਸਚਨਸ ਆ ਗਏ ਜੀ मतलब छुट्टी का टाइम हो गया एवरीबडी इज़ वेरी हैप्पी बट आंसर देते बिना छुट्टी नहीं मिल रही सैनिटिक इंजीनियरिंग अप्रेजल कमेट अटैचरी बॉडी क्रिएटेड अंडर विच ऑफ द फॉलोइंग एक्ट बायोडाइवर्सिटी एक्ट एनवायरमेंट प्रोटेक्शन एक्ट साल भी देते हुए ने चारों एक्ट के साल वैसे ही याद कर लो बायोडावर्सिटी एक्ट एनवायरमेंट प्रोटेक्शन एक्ट वाइल्ड लाइफ प्रोटेक्शन एक्ट इंडियन फॉरेस्ट प्रोटेक्शन एक्ट हाँ जी ओके okay. वाह लाइटनिंग स्पीड क्वेश्चन पूरा करके पीछे मुड़ो तो इतने अठ दस आंसर पहले nice. ही पे ने नाइस बिल्कुल सही योर राइट एनवायरमेंट प्रोटेक्शन एक्ट आगे द बॉडी दैट रेगुलेट्स द यूज मैन्युफैक्चर स्टोरेज इम्पोर्ट एंड एक्सपोर्ट ऑफ हजार माइक्रो और जेनेटिकली इंजीनियर्ड ऑर्गेनिजम्स इज कड़ी बॉडी है मिनिस्ट्री ऑफ एनवायरमेंट फॉरेस्ट एंड क्लाइमेट चेंज Animal Welfare Board of India Ministry of Science Genetic Engineering Appraisal Committee the body agar ithe ministry likh diye the answer will be different so ekdam hocho hawas de vich paper de vich ta khas kar right you miss one word you get negative marks and pad ke bhi gaye hoge d is right answer agge india's first ever geothermal field development project is going to be developed in where see ਜਦੋਂ ਕਹਾਣੀਆਂ ਜੁੜ ਜਾਂਦੀਆਂ ਨੇ ਪੜ੍ਹਾਈ ਦੇ ਨਾਲ ਫੇਰ ਉਹਨੂੰ ਤੁਸੀਂ ਭੁੱਲ ਹੀ ਨਹੀਂ ਸਕਦੇ A ਲਈ ਇਸ ਦਾ ਰਾਈਟ ਆਨਸਰ ਰਾਈਟ India's first geothermal field development project in Leh will be developed by which of the following company? Adani, Bharat Petroleum, ONGC, SAIL. बहुत अच्छे. ONGC is the right answer. Which of the following is R? द कंपोनेंट्स ऑफ जल जीवन मिशन ਤੁਸੀਂ ਪੀਪੀਐਸੀ ਲੇਟੈਸਟ ਜਿਹੜੇ ਪੇਪਰ ਨੇ ਐਨਲਾਈਜ਼ ਕਰੋਗੇ ਉਹਦੇ ਵਿੱਚ ਇਹੋ ਜੇ ਚਾਰ ਪੰਜ ਕੁਐਸਚਨਸ ਤਾਂ ਜ਼ਰੂਰ ਹੁੰਦੇ ਨੇ ਬਹੁਤ ਲੰਬੇ ਲੰਬੇ ਟਾਈਮ ਕੰਜ਼ਿਊਮਿੰਗ ਸੋ ਫਰਸਟ ਵਨ ਇਜ਼ ਡਿਵੈਲਪਮੈਂਟ ਆਫ ਪਾਈਪਡ ਵਾਟਰ ਸਪਲਾਈ ਅਗੇ ਕੋਡਸ ਆਣਗੇ ਤੁਸੀਂ ਦੇਖਦੇ ਜਾਓ ਕਿਹੜਾ ਸਹੀ ਹੈ ਕਿਹੜਾ ਗਲਤ ਹੈ ਜਲ ਜੀਵਨ ਮਿਸ਼ਨ ਦੇ ਕੰਪੋਨੈਂਟਸ ਨੇ ਕਿ ਪਾਈਪਡ ਵਾਟਰ ਸਪਲਾਈ ਮਿਲੇ ਜੀ ਡਿਵੈਲਪਮੈਂਟ ਆਫ ਰਿਲਾਇਬਲ ਡਰਿੰਕਿੰਗ ਵਾਟਰ ਸੋਰਸਸ ਐਂਡ or augmentation of existing sources to provide long-term sustainability of water supply gray water management domestic non- fecal wastewater fecal feces uh, the washroom water development of utilities water quality labs water quality testing and surveillance research and development knowledge center capacity building of communities ਇਤਸੇਟਰਾ ਇਚਾਰ ਨੇ ਇਹਨਾਂ ਵਿੱਚੋਂ ਕਿਹੜੇ ਕੰਪੋਨੈਂਟਸ ਨੇ ਜਲ ਜੀਵਨ ਮਿਸ਼ਨ ਦੇ 1 2 ਐਂਡ 3 1 1 ਐਂਡ 4올 ਆਫ द ਅਬਵ ਹਾਂਜੀ ਰੁਕੋ ਰੁਕੋ ਜਰਾ ਸਬਰ ਕਰੋ ਇਹ ਤਾਂ ਆਈ ਟੋਲਡ ਯੂ ਕੋਡ ਜਾਣ ਕੇ ਅੱਗੇ 1 2 3 ਵਾਲੇ ਥੋੜੀ ਆਨਸਰਸ ਹੁੰਦੇ ਨੇ ਏ ਬੀ ਸੀ ਵਾਲੇ ਹੁੰਦੇ ਨੇ ਇਹੀ ਤਾਂ ਮੈਂ ਕਹਿਆ ਵੀ ਅੱਗੇ ਕੋਡ ਜਾਣਗੇ ਹੁਣ ਦੱਸੋ जल जीवन मिशन टू सप्लाई वाटर हाउस होल्ड बायर दो हजार बी दो हजार चौबीस दो हजार पच्चीस दो हजार सताई एंड भारत सरकार ने फार्मर्स इनकम डबल केड़े साल तक करनी थी प्राइम मिनिस्टर साहब ने आज तो तीन चार साल पहले कहा भी वी विल डबल फार्मर्स किसान इनकम डबल करा कि साल तक छब्बी बई बई तेई बई राइट सो डबलिंग ऑफ फार्मर्स इनकम करनी सी दो हजार बई तक सो so थोड़े महीने होर ने अस्सी परसेंट बच चुकी शायद इनकम किसान की बाकी किसान बैटर दस Jal Jeevan Mission aims to supply piped water by those are 2024. So B is the right answer. What was the tagline of Jal Shakti Abhiyan? Catch, conserve, and recharge the rain. Respect the rain, as we have a lot to gain. Catch the rain where it falls, when it falls. Catch the rain and the pain. Wow. क्या शायरी है हाँ जी यू आर सेइंग सी इज द राइट आंसर सी इज द राइट आंसर बिल्कुल सही सो दैट वाज ऑल बैक टू एलपी यूनिवर्स रॉकेट लॉन्चर लॉन्च पैड के बच्चे बैठ के तुम सारे पहुँच चुके हो एक बार फिर Nice options, right? Everything is nice on Launchpad Education. Very nice people. So, that was all for today. Thank you, Ji. Thank you. For Milange, next live stream, Devich. this Sunday, we are going to have a massive marathon. Huge, humongous, monumental proportions marathon, right? So, don't miss that marathon. उत मिलते हैं फिर आप ठीक है जी चलो एंड डोंट डोंट स्टॉप रीडिंग न्यूज़ पेपरस चाहे एक हज़ार करंट अफेयर की वीडियोज़ uh, देख लो न्यूज़ पेपरस भी पढ़ो नज़र तो जरूर मारो अकॉर्डिंग टू योर एग्जाम जोड़ा एग्जाम पढ़ना आई एस पी सी एस वाले तो बिल्कुल नहीं जिथे आंसर लिखना पै गया उ बिना न्यूज़ पेपर तो तीन गति नहीं है ठीक है जी चलो ਮਿਲਦੇ ਆਂ ਫਿਰ ਨੈਕਸਟ ਸੈਸ਼ਨ ਦੇ ਵਿੱਚ ਟਿਲ ਥੈਨ ਕੀਪ ਸਟੱਡਿੰਗ